ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਯਾਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕੇ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਕੰਟੀਨੀ ਮੰਡੀਰ। ਆ ਕਈ ਸਿਆਣੇ ਵੀ ਕਹਿੰਦੇ ਸੀ, ਬੱਚੇ ਵੀ ਕਹਿੰਦੇ ਸੀਗੇ ਵੀ ਅੱਜ ਕੱਲ੍ਹ ਕੰਟੀਨ ਨਹੀਂ ਦਿਖਾਉਂਦੇ, ਹੁਣ ਤੂੰ ਕਲਾਕਾਰ ਬਣ ਗਿਆ ਵੱਡਾ। ਮੈਂ ਕਿਹਾ ਜੀ ਦੇਖੋ, ਪੁਰਾਣਾ ਕੰਮ ਸੀਗਾ ਆਪਣਾ ਵੇਚਣ ਦਾ, ਪਰ ਇਹ ਕੰਮ ਹਜੇ ਛੱਡਿਆ ਨਹੀਂ। ਸੋ ਜੜ੍ਹਾਂ ਤੋਂ ਆਪਾਂ ਕਦੇ ਨਹੀਂ ਪਿੱਛੇ ਹੋਏ, ਕਿਉਂਕਿ ਜਿਹੜਾ ਬੰਦਾ ਜੜ੍ਹਾਂ ਛੱਡ ਦੇ ਉਹ ਬੰਦਾ ਮਰ ਜਾਂਦਾ ਜੀ। ਵੇਚਣ ਵਾਲਾ ਕੰਮ ਆਪਾਂ ਹਜੇ ਵੀ ਰੱਖਿਆ ਜੀ। ਸੋ ਅੱਜ ਅਸੀਂ ਹੈਗੇ ਹਾਂ ਜੀ ਗਲੈਕਸੀ ਗਲੋਬਲ ਗਰੁੱਪ ਆਫ ਇੰਸਟੀਟਿਊਸ਼ਨ ਦੀ ਕੰਟੀਨ ਦੇ ਵਿੱਚ। ਵਿਸ਼ਾਲ ਆ, ਫੜੋ ਜੀ ਮਾਈਕ। ਰੋਟੀ ਤੋਂ ਬਾਅਦ ਇਹ ਖਾਂਦਾ ਸੌਂਫ ਦੀ ਪੁੜੀ, ਰੋਟੀ ਤੋਂ ਬਾਅਦ ਇਹ ਖਾਂਦੀ ਸੌਂਫ ਦੀ ਪੁੜੀ। ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਮੁੰਡਾ ਕਿ ਕੁੜੀ, ਕੀ ਨਾਂ ਆ ਬਾਈ? ਆ ਪਰਵੱਟੇ ਵੀ ਬਣਵਾਏ ਆ? ਨਹੀਂ, ਐਸੇ ਹੀ ਆ, ਨੈਚੁਰਲੀ ਹੈ। ਆ ਕਿਹੜਾ ਕੱਟ ਹੈ? ਫੰਕੀ ਲੁੱਕ ਹੈ ਬਈ। ਗੱਲ ਇੱਦਾਂ ਵੀ ਤੁਸੀਂ ਵੀ ਹਾਈਵੇ 'ਤੇ ਸੀਗੇ, ਮੈਂ ਵੀ ਹਾਈਵੇ 'ਤੇ ਸੀਗਾ, ਤੁਹਾਡੀ ਗੱਡੀ 'ਚ ਵੱਜ ਗਈ ਜੀ ਮੇਰੀ ਗੱਡੀ, ਮੈਂ ਪਿੱਛੇ ਆਉਂਦਾ ਸੀਗਾ, ਤੁਸੀਂ ਇੱਕਦਮ ਬਾਰੀ 'ਚੋਂ ਖੁੱਲ੍ਹੇ, ਤੁਸੀਂ ਮੈਨੂੰ ਪੂਰਾ ਡਾਂਟਣਾ, ਠੀਕ ਹੈ? ਤੁਸੀਂ ਉੱਧਰ ਮੂੰਹ ਕਰਾਉਣ, ਕਿਆ ਹੈ ਇਹ? ਗਾੜੀ ਕੈਸੇ ਠੋਕੀ ਆਪਣੇ? ਗਾੜੀ ਵੱਜ ਗਈ, ਕੈਸੇ ਵੱਜ ਗਈ ਹੈ? ਗਲਤੀ ਹੋ ਗਈ ਜੀ, ਗਾੜੀ ਮੇਂ ਵੱਜ ਗਈ ਹੈ ਗਾੜੀ। ਐਸੇ ਕੈਸੇ ਹੋ ਗਿਆ ਗਲਤੀ? ਇਕੱਲੀ ਹੈ ਕਿਆ ਆਪਕਾ? ਬਿਲਕੁਲ। ਅਰੇ ਪੀਛੇ ਪੀਛੇ ਹੋ, ਪਹਿਲਾਂ ਗਲਤੀ ਹੋ ਗਈ ਮੇਰੇ ਸੇ, ਬਜ ਗਈ ਗਾੜੀ ਮੇਂ ਗਾੜੀ। ਤੁਮ ਜੀਨ ਮੇਂ ਨਹੀਂ ਜਚਤਾ, ਪਹਿਨਾ ਕਰੋ ਸਾੜੀ। ਅਬ ਆਪਕੋ 5000 ਰੁਪਏ ਦੇਣੇ ਪੜੇਗੇ। ਮੈਂ ਤੁਮਹਾਰੀ ਠੀਕ ਕਰਵਾ ਦੂੰਗਾ ਗਾੜੀ, ਪਹਿਲੇ ਪਹਿਨ ਕੇ ਆਓ ਸਾੜੀ। ਕਿਉਂ ਪਹਿਨ ਕੇ ਆਊਂ ਮੈਂ ਸਾੜੀ? ਫਿਰ ਖੁਸ਼ ਹੋ ਜਾਏਗੀ ਜੇ ਫੈਮਿਲੀ ਸਾਰੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਕਿਰਨਦੀਪ ਕੌਰ। ਕਿਰਨਦੀਪ ਕੌਰ, ਹਾਂਜੀ। ਏਮ ਕੀ ਹੈ ਜ਼ਿੰਦਗੀ ਦਾ? ਮੈਂ ਲੈਕਚਰਾਰ ਬਣਨਾ ਚਾਹੁੰਦੀ ਹਾਂ। ਲੈਕਚਰਾਰ ਬਣਨਾ ਚਾਹੁੰਦੇ ਹੋ ਜੀ? ਹਾਂਜੀ। ਤੁਸੀਂ ਟੀਚਰ ਬਣ ਗਏ ਜੀ? ਹਾਂਜੀ। ਜਿਹੜੇ ਮਰਜ਼ੀ ਕਾਲਜ? ਹਾਂਜੀ। ਠੀਕ ਹੈ ਜੀ, ਮੈਨੂੰ ਵੀ ਪੜ੍ਹਾਉਣਾ ਜੀ, ਮੈਂ ਵੀ ਜਵਾਕ ਹਾਂ ਜੀ। ਹਾਂਜੀ। ਮੈਂ ਬਹੁਤ ਸ਼ਰਾਰਤੀ, ਬਹੁਤ ਇਲਿਤੀ ਜਵਾਕ ਹਾਂ ਜੀ। ਠੀਕ ਹੈ ਜੀ। ਹਾਂਜੀ। ਗੁੱਡ ਮਾਰਨਿੰਗ ਸਟੂਡੈਂਟਸ। ਗੁੱਡ ਮਾਰਨਿੰਗ ਜੀ। ਹਾਂ ਬਈ, ਵਟਸ ਯੋਰ ਨੇਮ? ਹੈ ਜੀ, ਤੁਹਾਡਾ ਨਾਮ ਕੀ ਆ? ਤੁਸੀਂ ਕੌਣ ਜੀ? ਤੁਸੀਂ ਨਾਮ? ਮੈਂ ਤੁਹਾਡੀ ਟੀਚਰ ਹਾਂ। ਨਵੇਂ ਟੀਚਰ ਹੈ ਜੀ? ਹਾਂਜੀ। ਇਹ ਮੈਡਮਾਂ ਸੋਹਣੀਆਂ ਰੱਖਣ ਲੱਗੇ, ਕਿਆ ਬਾਤ ਹੈ! ਸਾਰੀ ਕਲਾਸ ਪਲੀਜ਼ ਆਪਣਾ ਇੰਟਰੋਡਕਸ਼ਨ ਦਿਓ, ਯੂ ਪਲੀਜ਼। ਮੇਰਾ ਨਾਮ ਰਵਨੀਤ ਹੈ ਜੀ। ਅੱਛਾ ਜੀ, ਘਰ ਦੇ ਪਿਆਰ ਨਾਲ ਰੱਬ ਕਹਿੰਦੇ ਜੀ। ਓਕੇ ਜੀ, ਤੁਸੀਂ ਕੀ ਕਹੋਗੇ ਜੀ? ਰਵਨੀਤ ਚੱਲੂਗਾ? ਹਾਂਜੀ ਹਾਂਜੀ, ਹਾਏ ਨਵੇਂ ਹਾਂ ਜੀ, ਹਾਏ ਤਾਂ ਚੱਲੂਗਾ ਜੀ। ਹਾਂਜੀ ਹਾਂਜੀ, ਅੱਗੇ ਦੇਖਦੇ ਜੀ। ਅੱਛਾ, ਤੇ ਫੈਮਿਲੀ ਬੈਕਗ੍ਰਾਉਂਡ ਦੱਸੋ ਆਪਣਾ। ਫੈਮਿਲੀ ਬੈਕਗ੍ਰਾਉਂਡ ਹੁਣ ਹੌਲੀ ਹੌਲੀ ਦੱਸੂਗਾ ਜੀ, ਅੱਜ ਥੋੜ੍ਹਾ ਸਭ ਕੁਝ ਦੱਸੂਗਾ ਜੀ। ਮੈਂ ਸੋਚਦਾ ਸੀ ਇਕੱਲੇ ਮੁੰਡੇ ਕਾਲੇ ਹੁੰਦੇ, ਕੁੜੀਆਂ ਵੀ ਕਾਲੀਆਂ। ਅੱਛਾ, ਤੁਹਾਡੀ ਹੌਬੀਜ਼ ਕੀ ਆ? ਹੌਬੀਜ਼? ਹਾਂਜੀ, ਹੌਬੀਜ਼ ਵੈਸੇ ਪੜ੍ਹਾਈ ਦਾ ਸ਼ੌਂਕ ਤਾਂ ਹੈ ਨਹੀਂ, ਪਰ ਜੇ ਮੂਹਰੇ ਮੈਡਮ ਸੋਹਣੀ ਹੋਵੇ ਫਿਰ ਪੜ੍ਹ ਲਈਦਾ। ਬਹੁਤ ਵਧੀਆ ਮੈਡਮ, ਗਾਣਾ ਆਉਂਦਾ ਜੀ ਤੁਹਾਨੂੰ? ਹਾਂਜੀ। ਤੁਸੀਂ ਗੀਤ ਸੁਣਾਓ ਜੀ ਘੈਂਟ ਜਿਹਾ। ਸਾਨੂੰ ਤੱਕ ਕੇ ਨਾ ਖੰਗ ਮੁੰਡਿਆ, ਸਾਨੂੰ ਤੱਕ ਕੇ ਨਾ ਖੰਗ ਮੁੰਡਿਆ, ਵੇ ਵੀਰ ਮੇਰੇ ਵੱਢ ਦੇਣਗੇ ਸਾਡੀ ਗਲੀ ਚੋਂ ਨਾ ਲੰਘ ਮੁੰਡਿਆ। ਤੈਨੂੰ ਟੇਡਾ ਟੇਡਾ ਤੱਕਦੀ ਤੂੰ, ਤੈਨੂੰ ਟੇਡਾ ਟੇਡਾ ਤੱਕਦੀ ਤੂੰ, ਇਹ ਗਲੀ ਸਰਕਾਰੀ ਏ, ਇਹ ਗਲੀ ਸਰਕਾਰੀ ਏ, ਤੈਨੂੰ ਰੋਕ ਨਹੀਂ ਸਕਦੀ ਤੂੰ, ਤੈਨੂੰ ਟੇਡਾ ਟੇਡਾ ਤੱਕਦੀ ਤੂੰ, ਤੈਨੂੰ ਟੇਡੀ ਟੇਡੀ ਤੱਕਦੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਜਾਣ ਕੇ ਉੱਤੋਂ ਦੀ ਘੁੰਮ ਕੇ ਆਈ ਹੈ ਵੀ ਹੋਰ ਰੋਲਾ ਪਾਓ, ਹੋਰ ਰੋਲਾ ਪਾਓ। ਤੁਸੀਂ ਇੱਥੋਂ ਬੁਲਾਇਆ ਤਾਂ ਆਈ ਹਾਂ ਮੈਂ, ਸਿੱਧਾ ਆ ਜਾਓ ਤੁਸੀਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਵਨੀਤ। ਨਵਨੀਤ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਸ਼ਾਬਦ ਮਾਰਕੰਡਾ। ਸ਼ਾਬਾਦ ਤੋਂ ਜੀ। ਹਾਂਜੀ। ਇੱਥੇ ਕਿਹੜਾ ਈਅਰ ਹੈ ਤੁਹਾਡਾ? ਸੈਕੰਡ ਈਅਰ। ਸੈਕੰਡ ਈਅਰ MCA ਦਾ। MCA ਦਾ। ਹਾਂਜੀ। ਤੇ ਪੜ੍ਹਾਈ ਵਧੀਆ ਚੱਲ ਰਹੀ ਹੈ ਜੀ? ਬਹੁਤ ਵਧੀਆ। ਸ਼ੌਂਕ ਜੀ? ਸ਼ੌਂਕ, ਪੜ੍ਹਨ ਦਾ ਸ਼ੌਂਕ ਹੈ, ਸਿੰਗਿੰਗ ਦਾ ਸ਼ੌਂਕ ਹੈ। ਅੱਛਾ ਜੀ। ਹਾਂਜੀ। ਏਮ ਕੀ ਹੈ ਜੀ ਜ਼ਿੰਦਗੀ ਦਾ? IT ਕੰਪਨੀ ਹੈ ਜਾਣਾ। IT ਕੰਪਨੀ ਜਾਣਾ।
ਓਕੇ ਓਕੇ ਬਾਹਰ ਜਾਣ ਦਾ ਵੀ ਦਿਲ ਕਰਦਾ ਵੀ ਕੈਨੇਡਾ ਅਮਰੀਕਾ ਚਲ ਜਾਈਏ ਹਾਂ ਅਗਰ ਚਾਂਸ ਮਿਲੇ ਵਾਈ ਨਾਟ ਚਮਰ ਕੀ ਜੇ ਜਹਾਜ਼ ਵਾਲੇ ਬਿਠਾ ਲੈਣ ਫਿਰ ਬਹਿ ਜਾਓਗੇ ਜੋ ਮਰਜ਼ੀ ਕਹੋ ਪਹਿਲਾਂ ਲੱਗਿਆ ਵੀਜ਼ਾ ਕਿ ਨਹੀਂ ਜੀ ਹਾਲੇ ਟਰਾਈ ਨਹੀਂ ਕੀਤਾ ਹਾਲੇ ਟਰਾਈ ਨਹੀਂ ਕੀਤਾ ਤੇ ਗੀਤ ਸੁਣਾਓ ਜੀ ਫਿਰ ਵੱਜਦਾ ਪੰਜਾਬੀਆਂ ਦਾ ਢੋਲ ਵੇ ਢੋਲਕੀ ਤੇ ਚਮ ਚਮ ਰੋਲ ਵੇ ਦੇ ਦੇ ਮੈਨੂੰ ਪਰਮਿਸ਼ਨ ਨੱਚ 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 ਮੇਰੇ ਕੋਲ ਵੇ ਆਕੇ ਕੁੜੀਓ ਹਾਰ ਪੂਰੇ ਨੌਲਖ ਦੇ ਨੱਚੋ ਮੇਰੇ ਨਾਲ ਦੇਸੀ ਢੋਲਕ ਦੇ ਕੀ ਨਾਂ ਜੀ ਵੀਰੇ ਮੇਰਾ ਖੁਸ਼ਾਲ ਸ਼ਰਮਾ ਖੁਸ਼ਾਲ ਸ਼ਰਮਾ ਜੀ ਕੀ ਸ਼ੌਂਕ ਕੀ ਹੈ ਜੀ ਹੋਬੀਜ਼ ਹੋਬੀ ਸਾਡੀ ਹੈਗੇ ਆ ਬਸ ਕੁੜੀਆਂ ਛੇੜਨੀਆਂ ਕੁੜੀਆਂ ਛੇੜਨੀਆਂ ਕੁੜੀਆਂ ਛੇੜਨੀਆਂ ਸੈਂਡ ਲਾਓ ਬਈ ਹਾਂ ਤੇ ਗੀਤ ਗੀਤ ਹੁਣੇ ਮੈਂ ਅਗਲੇ ਪੰਜਾਬੀ ਹਲੇ ਲਿਖਿਆ ਫੋਰਥ ਫਲੋਰ ਤੇ ਲਿਖਿਆ ਮਤਲਬ ਆਪਾਂ ਬੀਟੈਕ ਵਾਲੇ ਸਾਡੇ ਜਿਹੜੇ ਹੈਗੇ ਨਾ ਫੋਰਥ ਫਲੋਰ ਤੇ ਮਤਲਬ ਗੇੜੀਆਂ ਲਾਉਂਦੇ ਨੇ ਓਕੇ ਜੀ ਉਸ ਤੇ ਆਪਾਂ 3-4 ਲਾਈਨਾਂ ਲਿਖੀਆਂ ਸੁਣਾਓ ਬਈ ਉਹ ਫੋਰਥ ਫਲੋਰ ਤੇ ਮੁੰਡਾ ਮਾਰੇ ਗੇੜੀਆਂ ਉਹ ਗਿਣਤੀ ਨਾ ਕਰੇ ਕੁੜੀਆਂ ਜੋ ਛੇੜੀਆਂ ਉਹ 10 ਤੋਲਿਆਂ ਦੀ ਇੱਕ ਚੇਨ ਪਾ ਲਈ ਉਹ ਪਿੱਛੇ ਉਹਨੇ ਕੁੜੀ ਬੀਬੀ ਇਹਦੀ ਲਾ ਲਈ ਉਹ ਕੁੜੀ ਉਹਨੂੰ ਕਹਿੰਦੀ ਯਾਰਾ ਚੱਲ ਕੰਟੀਨ ਓਏ ਉੱਥੇ ਜਾ ਕੇ ਪੀਣੀਏ ਮੈਂ ਚਾਹ ਨਮਕੀਨ ਉਹ ਖਰਚੇ ਕਰਾਉਂਦੀਆਂ ਨੇ ਰੱਜ ਰੱਜ ਯਾਰਾਂ ਦੇ ਉਹ ਤਾਂ ਹੀ ਯਾਰ ਬੱਚਦੇ ਇਹ ਜੀਆਂ ਨਾਰਾਂ ਤੇ ਉਹ ਇੱਕ ਕੁੜੀ ਉੱਤੇ ਤੁਹਾਡੇ ਯਾਰ ਦੀ ਅੱਖ ਉਹ ਜਿਹੜਾ ਪਿੱਛੇ ਲੱਗੂ ਉਹਨੂੰ ਕਰ ਦੂੰਗਾ ਵੱਖ ਉਹ ਕੁੜੀ ਮੈਨੂੰ ਲਾਇਬ੍ਰੇਰੀ ਟੱਕਰੀ ਪੜਾਕੂ ਹੋਊਗੀ ਮੇਰੇ ਸਾਹ ਦੀ ਸਪੀਡ ਫਿਰ ਹੋਈ ਅਥਰੀ ਪਹਿਲੇ ਦਿਨ ਜਦ ਕਾਲਜ ਵੜਿਆ ਗੇਟ ਤੇ ਮਿਲ ਗਈ ਤੂੰ ਅੜੀਏ ਉਹ ਮੈਂ ਗਿਆ ਮਿੱਤਰਾ ਹੋ ਗਈ ਡਿਗਰੀ ਖਿੜ ਗਿਆ ਸੀ ਲੂਲੂ ਅੜੀਏ ਉਤੋਂ ਤੂੰ ਬੈਠੀ ਵੇਖੀ ਕਿਸੇ ਹੋਰ ਨਾਲ ਕੀ ਦੱਸਾਂ ਦਿਲ ਤੇ ਬੀਤੀ ਨੀ ਸਿਖਰ ਦੁਪਹਿਰੇ ਸੋ ਤੇਰੀ ਕੰਟੀਨ ਚ ਦਾਰੂ ਪੀਤੇ ਨੀ ਗੱਲ ਏਦਾਂ ਤੁਸੀਂ ਬਣਨਾ ਮੇਰੇ ਮੰਮੀ ਠੀਕ ਹੈ ਜੀ ਮੈਂ ਤੁਹਾਡਾ ਮੁੰਡਾ 27 ਸਾਲ ਦੀ ਉਮਰ ਹੋ ਗਈ ਮੇਰੀ ਵੀ ਵਿਆਹ ਕਰ ਹੁਣ ਵਿਆਹ ਕਰ ਠੀਕ ਹੈ ਪੁੱਤਰ ਤੇਰੀ 27 ਸਾਲ ਦੀ ਉਮਰ ਹੋ ਗਈ ਹੁਣ ਵਿਆਹ ਕਰ ਲੈ ਮੈਂ ਨਹੀਂ ਕਰਾਉਂਦਾ ਮੰਮੀ ਕਿਉਂ ਕੀ ਗੱਲ ਵਿਆਹ ਵੀ ਕੁਛ ਨਹੀਂ ਰੱਖਿਆ ਤੇ ਹੋਰ ਕਿਤੇ ਚ ਰੱਖਿਆ ਆ ਡੈਡੀ ਨੇ ਕੀ ਲਿਆਂਦਾ ਨਾਲੇ ਮੰਮੀ ਕਾਲਜ ਨਾ ਜਾਇਆ ਕਰੋ ਮੇਰੇ ਨਾਲ ਕਿਉਂ ਨਾ ਨਾ ਉਹ ਜਵਾਕ ਕਹਿੰਦੇ ਸੀਗੇ ਵੀ ਮੁਬਾਰਕਾਂ ਨੂੰ ਪਾਰਟੀ ਨਹੀਂ ਦਿੱਤੀ ਤੇਰੇ ਕੁੜੀ ਹੋ ਗਈ ਹੋਰ ਸੁਣਾਓ ਕਿੱਥੇ ਰਹਿੰਦੇ ਹੋ ਸ਼ਾਹ ਬੈਠੀ ਰਹਿੰਦੇ ਆ ਤੇ ਪਰਿਵਾਰ ਚ ਕੌਣ ਕੌਣ ਹੈ ਪਾਪਾ ਹੈਗੇ ਨੇ ਦੋ ਸਿਸਟਰ ਨੇ ਅੱਛਾ ਜੀ ਤੁਹਾਡਾ ਕੀ ਏਮ ਹੈ ਜੀ ਮੇਰਾ ਏਮ ਹੈ ਜੀ ਪੋਲਿਟਿਕਸ ਵਿੱਚ ਜਾਣਾ ਮੈਂ ਰਾਜਨੀਤੀ ਲੋਕੀ ਵੀ ਐਂ ਦੇਖਣਗੇ ਉਹ ਮੰਤਰੀ ਆ ਗਿਆ ਉਹ ਮੰਤਰੀ ਅਕਸਰ ਮੰਤਰੀ ਪਤਾ ਕਿਵੇਂ ਸਪੀਚ ਦਿੰਦੇ ਆ ਭੈਣੋ ਤੇ ਭਰਾਵੋ ਤੁਸੀਂ ਪਤਾ ਕੀ ਕਹਿਣੇ ਆ ਵੀਰੋ ਚਲੋ ਤੁਸੀਂ MLA ਦੀ ਟਿਕਟ ਵਾਸਤੇ ਖੜੇ ਹੋ ਜੀ ਠੀਕ ਹੈ ਜੀ ਮੰਗੋ ਵੋਟ ਜੀ ਅਸੀਂ ਸਾਰੇ ਵੋਟ ਹੈਗੇ ਜੀ ਵੋਟ ਪਾਉਣ ਵਾਲੇ ਆ ਪਾਰਟੀਆਂ ਨੇ ਉਹਨਾਂ ਨੂੰ ਤੁਸੀਂ ਵੋਟ ਨਾ ਦਿਓ ਜੀ ਸਾਨੂੰ ਵੋਟ ਦਿਓ ਆਪਾਂ ਤੁਹਾਨੂੰ ਤੁਹਾਡੇ ਨਾਲ ਇਹ ਵਿਸ਼ਵਾਸ ਜਤਾਉਂਦੇ ਆ ਕਿ ਤੁਹਾਨੂੰ ਸ਼ਮਸ਼ਾਨ ਤੱਕ ਵੀ ਜਾਣ ਦੀ ਪੈਦਲ ਲੋੜ ਨਹੀਂ ਪੈਣੀ ਗੱਡੀ ਜਿਹੜੇ ਕਹਿੰਦੇ ਨੇ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕੱਖ ਨਹੀਂ ਕਰਨਾ ਜੀ ਉਹਨਾਂ ਨੇ ਸਿਰਫ ਬੋਲਦੇ ਨੇ ਆਪਾਂ ਕਰਕੇ ਵਿਖਾਵਾਂਗੇ ਇਹ ਕਿਸੇ ਦੀ ਹਿੰਮਤ ਆਪਾਂ ਸਾਰੇ ਨਾਲ ਇਹ ਵਾਅਦਾ ਕਰਨੇ ਆ ਕਿ ਜੇ ਗੱਡੀ ਸਾਰੇ ਕਰਨਾ ਪੋਚੀ ਸਾਨੂੰ ਫੜ ਲਿਆ ਜੇ ਥੈਂਕ ਯੂ ਸੋ ਮਚ ਬਾਬਾ ਮੇਰ ਕਰੇ ਗੋਡ ਬਲੈਸ ਹੱਥ ਕਿੱਧਰ ਪਏ ਯਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਵੀਰੇ ਸ਼ੁਭਮ ਜੀ ਸ਼ੁਭਮ ਹਾਂਜੀ ਕੀ ਕਰੋਗੇ ਜੀ ਪੇਸ਼ ਅਸੀਂ ਗਾਣਾ ਹਾਂ ਗਾਣਾ ਸੁਣਾਓ ਉਹ ਦੋ ਪਿੰਡੂ ਜੇ ਆਖ ਸਾਡੀ ਤੋੜ ਗਈ ਸੀ ਯਾਰੀ ਗੱਲ ਪੱਲੇ ਬੰਨ ਲਈ ਸੀ ਮੈਂ ਉੱਥੇ ਬਈ ਸਾਰੀ
ਹੌਲੀ ਹੌਲੀ ਲੋਕਾਂ ਵਿੱਚ ਬਣੀ ਸਾਡੀ ਟੋਰ, ਛੱਡ ਖੈੜਾ ਉਹਦਾ ਕੀਤਾ ਆਪਾਂ ਪੂਰਾ ਇਗਨੋਰ। ਅੱਜ ਟੋਲੀਆਂ ਬਣਾ ਕੇ ਦੇਖ ਤੱਕਦੀਆਂ ਯੰਕਣਾ, ਯਾਰਾਂ ਦੀਆਂ ਮਹਿਫਲ ਜਿੱਥੇ ਵੀ ਸੱਜਦੀ, ਆਖਦੀ ਸੀ ਜਿਹੜੀ ਤੈਨੂੰ ਤੱਕਣਾ ਵੀ ਨਹੀਂ, ਅੱਜ ਪਿੱਛੇ ਪਿੱਛੇ ਯਾਰਾਂ ਦੇ ਉਹ ਫਿਰੇ ਭੱਜਦੀ। ਹੱਸਦੀ ਹਸਾਉਂਦੀ ਨਾਲੇ ਮੈਨੂੰ ਇਹ ਪਸਾਉਂਦੀ, ਨਾਮ ਉੱਚੀ ਉੱਚੀ ਲੈ ਕੇ ਮੇਰਾ ਫਿਰੇ ਗੱਜਦੀ, ਫਿਰੇ ਗੱਜਦੀ। ਆਖਦੀ ਸੀ ਜਿਹੜੀ ਤੈਨੂੰ ਤੱਕਣਾ ਵੀ ਨਹੀਂ, ਅੱਜ ਪਿੱਛੇ ਪਿੱਛੇ ਯਾਰਾਂ ਦੇ ਉਹ ਫਿਰੇ ਭੱਜਦੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਵੀਰੇ? ਸ਼ੁਭਮ ਗਾਬਾ। ਸ਼ੁਭਮ ਜੀ, ਕੀ ਸੁਣਾਓਗੇ ਜੀ, ਕੀ ਕਰੋਗੇ ਪੇਸ਼? ਗੀਤ ਲੈਣਾ ਜੀ, ਲਿਖ ਕੇ। ਹੈਂਜੀ? ਗੀਤ ਲੈ ਭਾਜੀ, ਲਿਖ ਕੇ ਗੀਤ ਸੁਣਾਓ ਜੀ ਭਾਈ। ਉਹ ਸਾਡੇ ਪਿਆਰ ਦੀ ਕਹਾਣੀ, ਇੱਕ ਰਾਜਾ ਇੱਕ ਰਾਣੀ, ਉਹ ਸੀ ਉੱਚੀ ਅਸੀਂ ਨੀਵੇਂ, ਇੱਥੇ ਮੁੱਕ ਗਈ ਕਹਾਣੀ। ਉਹ ਸਾਡੇ ਪਿਆਰ ਦੀ ਕਹਾਣੀ, ਇੱਕ ਰਾਜਾ ਇੱਕ ਰਾਣੀ, ਉਹ ਸੀ ਉੱਚੀ ਅਸੀਂ ਨੀਵੇਂ, ਇੱਥੇ ਮੁੱਕ ਗਈ ਕਹਾਣੀ। ਉਹ ਸੀ ਹਿੱਸੇ 'ਚ ਜ਼ਮੀਨਾਂ ਵਾਲਿਆਂ ਦੇ ਆ ਗਈ, ਸਾਡੇ ਪਿਆਰ ਵਾਲਾ ਬੂਹਾ ਉਹਨੇ ਭੰਨਤਾ, ਮੁੰਡਾ ਹਾਲੇ ਤਾਂ ਹੀ ਫਸਿਆ ਬੇਰੋਜ਼ਗਾਰੀਆਂ 'ਚ, ਉਹਨੇ ਸੁਣਿਆ ਨਿਆਣਾ ਦੂਜਾ ਜੰਮਤਾ। ਸੁਣ ਸੋਹਣੀਏ ਨੀ ਲੰਮੀ ਗੁੱਤ ਵਾਲੀਏ ਨੀ ਯਾਰ ਦਾ ਕਰੇਜ ਦੇਖ ਲੈ, ਤੇਰੀਆਂ ਨਸ਼ੀਲੀ ਜਿਹੀ ਅੱਖੀਆਂ ਨਾ ਗਾਬੇ ਦੀ ਚੜਾਈ ਸੇਕ ਲੈ, ਉਹ ਅੱਤ ਦੇ ਸ਼ਕੀਨ ਯਾਰ ਮੇਰੇ ਨੇ, ਅੱਤ ਦੇ ਸ਼ਕੀਨ ਯਾਰ ਮੇਰੇ ਨੇ, ਉਹ ਉੱਤੋਂ ਦੀਆਂ ਦੇਖ ਰੱਖੀ ਮੁੱਛਾਂ ਕੁੰਡੀਆਂ, ਉਹ ਜਿੰਨੇ ਕੁ ਫਰੈਂਡ ਤੇਰੇ ਫੇਸਬੁੱਕ ਉੱਤੇ, ਇੰਨੀ ਤੇਰੇ ਪਿੰਡੋਂ ਲੰਘਦੇ ਸਲਮਾਂ ਹੁੰਦੀਆਂ। ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਕੀ ਨਾਮ ਤੁਹਾਡਾ? ਕਮਰਪਾਲ ਸਿੰਘ ਵਿਰਕ। ਕਮਰਪਾਲ ਸਿੰਘ ਵਿਰਕ, ਹਾਂਜੀ ਬਾਈ, ਗੱਲ ਇਹ ਤਾਂ, ਹਾਂਜੀ, ਜਿਹਦੇ ਨਾਲ ਤੁਸੀਂ ਲਾਈ ਸੀਗੀ, ਹਾਂਜੀ, ਉਹਦਾ ਵਿਆਹ ਕਿਤੇ ਹੋ ਗਿਆ, ਹਾਂਜੀ, ਉਹਦੇ ਦੋ ਜਵਾਕ ਹੋ ਗਏ, ਹਾਂਜੀ, ਤੇ ਅੱਜ ਮਾਰਕੀਟ ਦੇ ਵਿੱਚ ਕੁਦਰਤੀ ਤੁਸੀਂ ਮੈਨੂੰ ਮਿਲੇ ਤੇ ਮੈਂ ਉਹਦਾ ਘਰ ਵਾਲਾ। ਅੱਛਾ ਜੀ, ਹਾਂਜੀ, ਨਾਲ ਮੇਰੀ ਜਨਾਨੀ ਵੀ ਹੈ, ਹਾਂਜੀ, ਨਾਲ ਦੋ ਬੱਚੇ ਵੀ ਉਹੀ। ਓਹੋ, ਉਹ ਹਾਂ, ਹੋਈ ਦਰਦ, ਦਰਦ ਹੋਈ, ਹਾਂਜੀ, ਹਾਂ, ਬਹੁਤ ਪੀੜ ਹੈ, ਹੋਰ ਹੋਊਗੀ। ਹੁਣ ਮਾਰਕੀਟ 'ਚ ਮਿਲੇ ਹਾਂ ਜੀ, ਗੱਲਬਾਤ ਕਰਦੇ ਆਪਾਂ। ਹਾਂ ਹਾਂਜੀ, ਕੀ ਹਾਲ ਨੇ ਤੁਹਾਡੇ? ਹਾਲ ਚਾਲ ਬਹੁਤ ਵਧੀਆ। ਅੱਛਾ ਜੀ, ਹੋਰ ਮੈਂ ਸੁਣਿਆ ਤੁਸੀਂ ਵਿਆਹ ਕਰਾ ਲਿਆ। ਸੁਣਿਆ, ਦੇਖ ਤਾਂ ਸਹੀ, ਦੋ ਨਾਲ ਹੈ। ਉਹ ਤੂੰ ਬਰਗਰ ਖਵਾਉਂਦਾ ਰਹਿ ਗਿਆ, ਜਿਹਦੇ ਪਿੱਛੇ ਫਿਰਦਾ ਸੀ ਉਹ ਮੈਂ ਲੈ ਗਿਆ, ਉਹ ਫੈਮਿਲੀ ਮੇਰੀ ਪੂਰੇ ਗੀਤਗਾਰੀ ਹੈ, ਦੋ ਜਵਾਕ ਹੋ ਗਏ, ਤੀਜੇ ਦੀ ਪੂਰੀ ਤਿਆਰੀ ਹੈ। ਗੀਤ ਸੁਣਾਓਗੇ ਬਾਈ? ਬੋਲੀ ਪਾਵਾਂਗੇ ਜੀ, ਪਾਓ। ਉਹ ਜਿਹੜੀ ਗੁੱਟ ਤੇ ਮੋਰਨੀ ਪਈ, ਉਹ ਵੀ ਮਿੱਤਰਾਂ ਨੇ ਖੁੜਵਾਈ, ਹੋ ਖਾਧੀ ਇਕੱਠਿਆਂ ਨੇ ਮਠਿਆਈ, ਹੋ ਖਾਧੀ ਇਕੱਠਿਆਂ ਨੇ ਮਠਿਆਈ, ਕਹਿ ਬਣ ਓਲੇ ਨੀ ਕੁੜੀਏ, ਟਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤ ਬੋਲੇ ਨੀ ਕੁੜੀਏ, ਟਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤ ਬੋਲੇ ਨੀ ਕੁੜੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲੀੜੇ ਆਪਣੇ ਆ? ਆਹੋ ਜੀ, ਆਪਣੇ ਆ ਜੀ। ਕੀ ਨਾਂ ਤੁਹਾਡਾ? ਅਮਰੀਕ ਸਿੰਘ ਜੀ। ਅਮਰੀਕ ਸਿੰਘ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਕਰਨਾਲ ਤੋਂ ਜੀ। ਕਰਨਾਲ ਤੋਂ? ਕੀ ਸ਼ੌਂਕ ਹੈ ਜੀ? ਮੈਂ ਗਾਣਾ ਗੁਣਾ ਗਾ ਲਈਦਾ ਜੀ। ਗਾਣਾ ਗੁਣਾ ਗਾ ਲਈਦਾ? ਆਹੋ ਜੀ, ਸੁਣਾਓ ਜੀ ਫਿਰ। ਉਹ ਤੈਨੂੰ ਯਾਰੀ ਲੱਗਣੇ ਦਾ ਚਾਵੇ, ਮੈਨੂੰ ਮੇਰੀ ਬੇਬੇ ਦੀ ਆ ਝਿੜਕਾਂ, ਤੂੰ ਤਾਂ ਥੱਕੇ ਨਾ ਗਲੀ 'ਚ ਗੇੜੇ ਮਾਰਦਾ, ਦੁੱਧ ਵੇ ਮੈਂ ਕਿਹੜੇ ਵੇਲੇ ਰਿੜਕਾਂ, ਉਹ ਵੀਤ ਬਲਜੀਤ ਜਿਉਣ ਜੋਗਿਆ, ਨਿੱਤ ਪਖੜਾ ਚੁਗਾਉਂਦਾ ਮੁਟਿਆਰ ਤੋਂ, ਕਦੇ ਹਾਸੇ ਨਾਲ ਹੱਕ ਲਾ ਕੇ ਵੇਖ ਲਈ, ਜਾਨਵਰ ਦੁਖੀ ਜੱਟੀ ਪਿਆਰ ਤੋਂ, ਬਖਸ਼ੀ ਵੇ ਲਾਗੇ ਪਿੰਡ ਵਾਲਿਆ, ਸ਼ੀਸ਼ਿਆਂ ਨੂੰ ਮਾਰ ਜਾਣ ਤਿੜਕਾਂ, ਤੈਨੂੰ ਯਾਰੀ ਲੱਗਣੇ ਦਾ ਚਾਵੇ, ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ, ਤੂੰ ਤਾਂ ਥੱਕੇ ਨਾ ਗਲੀ 'ਚ ਗੇੜੇ ਮਾਰਦਾ, ਦੁੱਧ ਵੇ ਮੈਂ ਕਿਹੜੇ ਵੇਲੇ ਰਿੜਕਾਂ, ਉਹ ਖਾਂਦਾ ਇੱਕ ਫਿਕਰ ਪੜ੍ਹਾਈ ਦਾ, ਨੀਂਦ ਵੀ ਨਹੀਂ ਆਉਂਦੀ ਉੱਤੋਂ ਚੰਦਰੀ, ਤੇਰੇ ਕਰਕੇ ਸੂਟਾਂ ਦੇ ਉੱਤੇ ਲਾਤੀ ਮੈਂ 15 ਗਵਾਂ ਦੀ ਚੰਨਾ ਬੰਦੜੀ, ਉਹ ਤੂੰ ਤਾਂ ਭਾਵੇਂ ਡਾਕਾ ਵੀ ਨਹੀਂ ਮਾਰਿਆ, ਚੋਰਾਂ ਵਾਂਗੂ ਕਿਹੜੀ ਗੱਲੋਂ ਤਿੜਕਾਂ, ਤੈਨੂੰ ਯਾਰੀ ਲੱਗਣੇ ਦਾ ਚਾਵੇ, ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ। ਥੈਂਕ ਯੂ। ਬਹੁਤ ਸੋਹਣੀ ਆਵਾਜ਼ ਹੈ ਬਾਈ, ਤੁਸੀਂ ਜ਼ਰੂਰ ਕੋਸ਼ਿਸ਼ ਕਰੋ, ਰਿਆਜ਼ ਕਰਿਆ ਕਰੋ। ਬਾਕੀ ਕੱਪੜੇ ਆਪਣੇ ਪਾਉਣੇ ਆ? ਆਪਣੇ ਜੀ, ਆਪਣੇ ਜੀ, ਬਿਲਕੁਲ। ਕੀ ਨਾਂ ਤੁਹਾਡਾ? ਸ਼ਿਵਾਨੀ। ਸ਼ਿਵਾਨੀ, ਸ਼ਿਵਾਨੀ, ਗੱਲ ਹੈ ਵੀ ਤੁਸੀਂ ਰਿਸ਼ਤੇਦਾਰੀ 'ਚ ਮੇਰੀ ਭੂਆ। ਅੱਛਾ ਜੀ, ਠੀਕ ਹੈ। ਤੁਸੀਂ ਚੌਥੇ ਦਿਨ ਹਰੇਕ ਹਫ਼ਤੇ ਮੇਰੇ ਘਰੇ ਆ ਜਾਣਾ। ਅੱਛਾ ਜੀ, ਠੀਕ ਹੈ। ਮੈਨੂੰ ਤਾਨੇ ਮੇਰੇ ਮਾਰਨੇ ਆ ਵੀ ਤੂੰ ਪੜ੍ਹਦਾ ਨਹੀਂ, ਤੂੰ ਨਲਾਇਕ ਹੈ, ਬਸ ਟੌਂਟ ਮਾਰਨੀ ਆ, ਲੜਨਾ ਬਸ, ਠੀਕ ਹੈ। ਉਹ ਦਰਵਾਜ਼ਾ ਜੀ ਉੱਧਰੋਂ ਆਇਓ।
ਫੋਨ ਲੈ ਕੇ ਕੁਝ ਕੰਮ ਕਰ ਲਿਆ ਕਰ, ਸਾਰਾ ਦਿਨ ਐਵੇਂ ਪੜਾ ਰਹਿੰਦਾ ਏ। ਭੂਆ ਤੂੰ ਹਜੇ ਸੋਮਵਾਰ ਤੋਰੀ ਸੀ, ਆ ਸ਼ੁੱਕਰਵਾਰ ਜਿਹੜਾ ਫੇਰ ਆ ਗਈ। ਅੱਛਾ ਮੇਰੇ ਭਰਾ ਦਾ ਘਰ ਹੈ, ਤੈਨੂੰ ਕੀ? ਤੇਰੇ ਭਰਾ ਦਾ ਘਰ ਹੈ, ਹੁਣ ਤੂੰ ਲੰਗਰ ਵੀ ਭਰਾ ਦੇ ਸਕੀ ਜਾਣਾ। ਹੋਰ ਨਹੀਂ ਤਾਂ ਕੀ, ਤੈਨੂੰ ਕੀ? ਸਾਨੂੰ ਖਾਣ ਨੂੰ ਕੁਝ ਮਿਲਦਾ ਨਹੀਂ, ਤੇਰੇ ਮੂੰਹ 'ਚ ਬਦਾਮ ਪਾਈ ਜਾਂਦਾ ਹੈ। ਭਰਾ ਹੈ ਫੇਰ ਮੇਰਾ? ਭਰਾ ਇੱਕ ਵਾਰ ਹੋ ਗਿਆ, ਦੋ ਵਾਰ ਹੋ ਗਿਆ, ਇਹ ਥੋੜੀ ਜਦੋਂ ਚੜ੍ਹਦਾ ਸੋਮਵਾਰ ਤੂੰ ਇੱਥੇ ਹੁੰਦੀ ਹੈ। ਨਾ ਜੀ ਨਾ, ਆਪਾਂ ਤਾਂ ਐਵੇਂ ਹੀ ਰਹਿਣਾ ਹੈ। ਐਸ ਤਾਂ ਕਿਉਂ ਰਹਿਣੀ ਹੈ? ਹਾਂ ਤੈਨੂੰ ਫੁੱਫੜ ਸਾਡਾ ਕੱਬਾ ਟੱਕਰ ਗਿਆ। ਨਾ ਜੀ ਨਾ, ਐਵੇਂ ਦੀ ਕੋਈ ਗੱਲ ਨਹੀਂ ਹੈ। ਨਾ ਮੇਰੇ ਅੱਗੇ ਨਾ ਦਿਖਾਇਆ ਕਰ। ਅੱਛਾ ਜੀ, ਫੁੱਫੜ ਨੂੰ ਦਿਖਾਇਆ ਕਰ। ਓਏ ਹੋਏ, ਉਹਦੇ ਅੱਗੇ ਤੇਰੀ ਚੱਲਦੀ ਨਹੀਂ। ਨਾ ਜੀ ਨਾ, ਉਹਦੇ ਅੱਗੇ ਵੀ ਚੱਲਦੀ ਏ। ਨਾ 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 ਭੂਆ, ਜਦੋਂ ਮੰਗੋ ਤੇ ਰਾਸ਼ਨ ਉਹ ਭੂਆ ਲੈ ਗਈ, ਸੇਵੀਆਂ ਭੂਆ ਲੈ ਗਈ, ਬਦਾਮ ਭੂਆ ਲੈ ਗਈ। ਭਾਈ ਭੈਣ ਦਾ ਪਿਆਰ ਹੈ। ਹਾਂ ਪਿਆਰ ਹੁਣ ਇੰਨਾ ਥੋੜੀ ਵਧੀ, ਇੰਨਾ ਵੱਧ ਗਿਆ, ਬਸ ਕਰੋ ਹੁਣ। ਹੋਰ ਪਿਆਰ ਨੂੰ ਕਿੱਥੇ ਲੈ ਕੇ ਜਾਓਗੇ? ਐਡਾ ਪਿਆਰ ਨਾ ਹੋ ਜਾਵੇ ਵੀ ਸੋਫੇ ਤੇ ਬੈਠ ਨਹੀਂ ਸਕੋ। ਨਾ ਜੀ ਨਾ, ਇੰਨਾ ਨਹੀਂ ਹੁੰਦਾ। ਅੱਛਾ ਹੋਰ ਸੁਣਾਓ ਜੀ, ਕੀ ਸੁਣਾਵਾਂ ਜੀ, ਤੁਸੀਂ ਦੱਸੋ। ਹੁਣ ਭੂਆ ਨਹੀਂ, ਹੁਣ ਤੂੰ ਕੁੜੀ ਆ ਸੁਣਾ। ਹਾਂ ਹਾਂ, ਦੱਸੋ ਕੀ ਸੁਣਾਵਾਂ। ਕੋਈ ਵੀ ਗੀਤ ਸੁਣਾ ਦੋ ਜੀ। ਠੀਕ ਹੈ ਜੀ। ਮੈਂ ਤੈਨੂੰ ਸਮਝਾਵਾਂ ਕੀ ਨਾ ਤੇਰੇ ਬਾਜੋ ਲੱਗਦਾ ਜੀ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ, ਤੂੰ ਦਿਲ ਤੋਂ ਜਾਨ ਮੇਰੀ, ਜਾਨ ਮੇਰੀ। ਨਹੀਂ ਜੀਣਾ, ਨਹੀਂ ਜੀਣਾ, ਨਹੀਂ ਜੀਣਾ ਤੇਰੇ ਬਾਜੋ, ਨਹੀਂ ਜੀਣਾ, ਨਹੀਂ ਜੀਣਾ, ਨਹੀਂ ਜੀਣਾ ਤੇਰੇ ਬਾਜੋ। ਬੜੀ ਅੱਤ ਹੁੰਦੀ ਹੈ ਨੀ, ਭਾਵੇਂ ਪੇਪਰਾਂ ਨੇ ਮਾਰੀ ਸਾਡੀ ਮੱਤ ਹੁੰਦੀ ਹੈ। ਉਹ ਕਲਾਸ ਰੂਮ ਦੀ ਵੀ ਯਾਰੀ ਬੜੀ ਅੱਤ ਹੁੰਦੀ ਹੈ ਨੀ, ਭਾਵੇਂ ਪੇਪਰਾਂ ਨੇ ਮਾਰੀ ਸਾਡੀ ਮੱਤ ਹੁੰਦੀ ਹੈ। ਉਹ ਇੱਕ ਦੱਸੇ ਆਪਣੀ ਸਹੇਲੀ ਦੀ ਹੈ ਗੱਲ, ਉਹ ਦੂਜਾ ਆਖਦਾ ਏ ਘੈਂਟ ਜੂਨੀਅਰ ਦੇਖੀ ਕੱਲ। ਉਹ ਇੱਕ ਦੱਸੇ ਆਪਣੀ ਸਹੇਲੀ ਦੀ ਹੈ ਗੱਲ, ਦੂਜਾ ਆਖਦਾ ਏ ਘੈਂਟ ਜੂਨੀਅਰ ਦੇਖੀ ਕੱਲ। ਉਹ ਚੱਲ ਫਿਰ ਮਿੱਤਰਾ ਕੰਟੀਨ ਵੱਲ ਚੱਲ, ਦਿਲ ਉਹਦੇ ਨਾਲ ਲਾਉਣਾ ਇਹੀ ਰੱਟ ਹੁੰਦੀ ਹੈ। ਕਲਾਸ ਰੂਮ ਦੀ ਵੀ ਯਾਰੀ ਬੜੀ ਅੱਤ ਹੁੰਦੀ ਹੈ ਨੀ, ਉੱਤੋਂ ਪੇਪਰਾਂ ਨੇ ਮਾਰੀ ਸਾਡੀ ਮੱਤ ਹੁੰਦੀ ਹੈ। ਉਹ ਕੋਈ ਬੈਠਾ ਕੁੜੀਆਂ 'ਚ ਗੱਪਾਂ ਮਾਰਦਾ, ਉਹ ਕੋਈ ਮੈਡਮਾਂ ਨੂੰ ਬੇਗੂਨ ਦਾ ਮੁੱਛਾਂ ਚਾੜਦਾ। ਉਹ ਕੋਈ ਹੁੰਦਾ ਕੁੜੀਆਂ 'ਚ ਗੱਪਾਂ ਮਾਰਦਾ, ਕੋਈ ਮੈਡਮਾਂ ਨੂੰ ਬੇਗੂਨ ਦਾ ਮੁੱਛਾਂ ਚਾੜਦਾ। ਔਰ ਅਵੀ ਹਾਲੇ ਤੱਕ ਸਿੰਗਲ ਹੀ ਰਹਿ ਸਾਰਦਾ, ਔਰ ਅਵੀ ਹਾਲੇ ਤੱਕ ਸਿੰਗਲ ਹੀ ਰਹਿ ਸਾਰਦਾ। ਕਹਿੰਦਾ ਇੰਨੀ ਛੱਤੀ ਕੁੜੀ ਨਹੀਂ ਉਹ ਪੱਟ ਹੁੰਦੀ ਹੈ। ਕਲਾਸ ਰੂਮ ਦੀ ਵੀ ਯਾਰੀ ਬੜੀ ਅੱਤ ਹੁੰਦੀ ਹੈ ਨੀ, ਭਾਵੇਂ ਪੇਪਰਾਂ ਨੇ ਮਾਰੀ ਸਾਡੀ ਮੱਤ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਕੋਮਲ। ਕੋਮਲ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਕੈਥਲ ਸੇ, ਹੋਸਟਲ ਮੇ ਰਹਿਤੀ ਹੂੰ। ਹੋਸਟਲ ਲਾਈਫ ਕਿੱਦਾਂ ਜੀ? ਬਹੁਤ ਮਸਤ। ਅੱਛਾ ਜੀ, ਗੀਤ ਸੁਣਾਓ ਜੀ ਫਿਰ, ਗੀਤ ਗਾਉਂਦੇ ਹੋ ਜੀ? ਪੜ੍ਹਤੇ ਪੜ੍ਹਤੇ ਫਟ ਜਾਏ ਵਸਦੇ, ਕਾਪੀਆਂ ਯੂੰ ਹੀ ਰੁਲਦੀ ਰਹੇ, ਜ਼ੀਰੋ ਮਿਲੇ ਯਵਨ ਬਦਲੇਂਗੇ ਨਾਮ, ਟੀਚਰ ਚਾਹੇ ਬਦਲਦੀ ਰਹੇ। ਕਿੱਥੋਂ ਬਿਲੋਂਗ ਕਰਦੇ ਹੋ? ਬਬੈਨ। ਨਹੀਂ ਮੈਂ ਸੁਰਮਾ ਪਾਣਾ, ਰੂਪ ਨੀ ਮੈਂ ਚਮਕਾਣਾ, ਨਹੀਂ ਮੈਂ ਸੁਰਮਾ ਪਾਣਾ, ਰੂਪ ਨੀ ਮੈਂ ਚਮਕਾਣਾ। ਨੈਣ ਨਸ਼ੀਲੇ ਹੋ ਅਗਰ ਜੇ ਸੁਰਮੇ ਦੀ ਕੀ ਲੋੜ, ਅੰਬਰ ਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ, ਅੰਬਰ ਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ। ਤੇਰੀ ਮਾਂ ਨੇ ਬੋਲੇ ਹੈ ਮੁਝੇ ਤੀਖੇ ਸੇ ਬੋਲ, ਤੇਰੀ ਮਾਂ ਨੇ ਬੋਲੇ ਹੈ ਮੁਝੇ ਤੀਖੇ ਸੇ ਬੋਲ, ਅੰਬਰ ਸਰੀਆ ਕੱਟਣੀ ਯਾਰਾਂ ਦੇ ਨਾਲ, ਦਿਲ ਲਗਾ ਕੇ ਰੱਖਣਾ ਬਹਾਰਾਂ ਦੇ ਨਾਲ, ਕੀ ਹੋਇਆ ਅਸੀਂ ਸੋਹਣੇ ਨਹੀਂ, ਸਾਡੀ ਯਾਰੀ ਹੈ ਸੋਹਣੇ ਯਾਰਾਂ ਦੇ ਨਾਲ। ਕੀ ਨਾਮ ਤੁਹਾਡਾ? ਅਨੂ ਅੰਟਾਲ। ਹੈ ਅਨੂ ਅੰਟਾਲ। ਹੋਲੀ। ਅੱਛਾ, ਕੀ ਸ਼ੌਂਕ ਹੈ ਜੀ? ਗਾਣਾ ਗਾਣਾ ਹੈ। ਗਾਣਾ ਗਾਣਾ ਹੈ? ਹਾਂਜੀ। ਸੁਣਾਓ ਜੀ ਫਿਰ। ਓ ਰੋਜ਼ ਆਣ ਕੇ ਪਹਿਲੇ ਬੈਂਚ ਤੇ ਬੈਂਦੀਆਂ, ਸਾਡੀ ਨਿਗਾਹ ਜਿਹਦੇ ਤੇ ਸਾਰਾ ਦਿਨ ਹੀ ਰਹਿੰਦੀਆਂ,
ਤੁਸੀਂ ਕਿਹੜੇ ਬੈਂਚ ਤੇ ਬਹਿੰਦੇ ਹੋ ਜੀ? ਪਹਿਲੇ ਤੇ। ਫਿਰ ਇਕੱਲੇ ਹੀ ਬਹਿੰਦੇ ਹੋ ਬੈਂਚ ਤੇ? ਨਾਲ ਤਾਂ ਨਹੀਂ ਬਹਿੰਦੀ ਹੋਣਗੀ ਬੈਂਚ ਤੇ, ਮਸੀਂ ਪੂਰੀ ਆਉਂਦੇ ਹੋਣੇ ਬੈਂਚ ਤੇ। ਜਿਹੜੇ ਬੈਂਚ ਤੁਸੀਂ ਬਹਿੰਦੇ ਹੋਣੇ ਬੈਂਚ ਐਂ ਕਰਦਾ ਹੋਇਆ। ਚਲੋ ਠੀਕ ਹੈ, ਹਰਿਆਣਵੀ ਗਾਣਾ ਵੀ ਗਾਣਾ ਦੋ ਵਰਸ ਹਰਿਆਣਵੀ। ਹਾਂ ਗਾਓ ਜੀ ਗਾਓ। ਪਤਲਾ ਦੁਪੱਟਾ ਗੋਰੀ ਮੂੰਹ ਦਿਖੇ, ਮੂੰਹ ਦਿਖੇ ਉਹ ਤੇਰਾ ਮੂੰਹ ਦਿਖੇ, ਉੱਡਣ ਪੈਰਣ ਕੈਸੇ ਦਿਨ ਮੇਰੇ, ਉੱਡਣ ਪੈਰਣ ਕੈਸੇ ਦਿਨ, ਤੂੰ ਬਾਤ ਬਾਤ ਪੈ ਕਿਉਂ ਜਿਖੇ। ਪਤਲਾ ਦੁਪੱਟਾ ਗੋਰੀ ਮੂੰਹ ਦਿਖੇ, ਮੂੰਹ ਦਿਖੇ ਉਹ ਤੇਰਾ ਮੂੰਹ ਦਿਖੇ। ਸਤਿ ਸ਼੍ਰੀ ਅਕਾਲ ਜੀ, ਜੁੱਤੀ ਲਾਏ ਜੀ ਭੰਗੜਾ ਗਾਣਾ ਤਾਂ ਕਰ। ਅੱਛਾ 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 ਅੱਛਾ, ਕੀ ਨਾਮ ਕੀ ਤੁਹਾਡਾ? ਪ੍ਰਭਜੋਤ ਕੌਰ। ਪ੍ਰਭਜੋਤ ਕੌਰ, ਚਲੋ ਜੀ ਭੰਗੜਾ। ਹੁਣ ਮੈਂ ਨੀ ਕਹਿਣਾ ਦਾਰੂ ਛੱਡ ਦੇ ਜਾ ਮੈਨੂੰ ਛੱਡ ਦੇ, ਅੱਕ ਕੇ ਮੈਂ ਯਾਰੀ ਤੋੜ ਦੂ, ਇਹ ਵੀ ਗੱਲ ਦਿਲ ਚੋ ਕੱਢ ਦੇ, ਵੇ ਜਾ ਮੈਂ ਵੀ ਵੇਲਣ ਬਣ ਜੂ, ਵੇ ਜਾ ਮੈਂ ਵੀ ਵੇਲਣ ਹੋ ਜੂ, ਜਾ ਤੈਨੂੰ ਸਾਧ ਬਣਾਉਣਾ, ਤੇਰੇ ਗੇਟ 'ਚ ਜੱਟੀ ਨੇ ਪੈਗ ਲਾ ਕੇ ਭੰਗੜਾ ਪਾਉਣਾ, ਤੇਰੇ ਗੇਟ 'ਚ ਜੱਟੀ ਨੇ। ਕੀ ਨਾਮ ਤੁਹਾਡਾ? ਆਰਤੀ। ਆਰਤੀ ਕਿੱਥੋਂ ਬਿਲੋਂਗ ਕਰਦੇ ਹੋ ਜੀ? ਸ਼ਾਬਾਦ ਮਾਰਕੰਡਾ ਤੋਂ। ਸ਼ਾਬਾਦ ਤੋਂ। ਇੱਥੇ ਕਿਹੜਾ ਕੋਰਸ ਹੈ ਤੁਹਾਡਾ? MCA ਫਾਈਨਲ ਈਅਰ। ਕਿੰਨੀ ਉਮਰ ਹੋ ਗਈ ਤੁਹਾਡੀ? ਹੁਣੇ ਪਿਛਲੇ ਸੰਡੇ ਮੈਂ 21 ਦੀ ਹੋ ਗਈ ਆ। ਪਿਛਲੇ ਸੰਡੇ ਮਾਰਕੇ ਵੀ ਸੱਜਾ ਨਹੀਂ, ਪਾਰਟੀ ਪੂਟੀ ਵਧੀਆ ਹੋਈ ਜੀ? ਤਿੰਨ ਵਾਰ ਕੀਤੀ ਸੀ, ਇੱਕ ਵਾਰ ਘਰੇ, ਫਿਰ ਫਰੈਂਡਸ ਨਾਲ। ਫਿਰ ਫਰੈਂਡਸ ਨਾਲ। ਫਿਰ ਠੀਕ ਹੈ। ਸਟੂਡੈਂਟਸ ਨਾਲ ਟਿਊਸ਼ਨ ਪੜਾਉਣੀ ਆ ਮੈਂ, ਉਹਨਾਂ ਨਾਲ ਕੀਤੀ ਸੀ। ਟਿਊਸ਼ਨ ਵੀ ਪੜਾਉਣੀ ਹੋ ਜੀ ਛੋਟੇ ਬੱਚਿਆਂ ਨੂੰ? ਨਹੀਂ, 2+1 12th ਦੇ। ਅੱਛਾ ਜੀ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਕਿਹੜਾ ਸਬਜੈਕਟ ਹੈ ਜੀ? +1 2 ਨੂੰ ਮੈਥ। ਮੇਰੇ ਸਿਰੇ ਨਹੀਂ ਚੜਿਆ ਜੀ ਮੈਥ, ਇਹ ਕੀ ਚੱਕਰ ਹੈ ਜੀ? ਮੈਂ ਟਿਊਸ਼ਨ ਰੱਖਾਂ ਹੁਣ ਤੁਹਾਡੀ? ਟਿਊਸ਼ਨ ਰੱਖੋ ਜੀ, ਤੁਸੀਂ ਮੈਨੂੰ ਟਿਊਸ਼ਨ ਪੜਾਉਣੀ ਹੈ ਜੀ? ਮੈਂ +1 ਦਾ ਜਵਾਕ ਆ, ਜਿਹੜਾ ਕੱਲ ਟੈਸਟ ਹੋਇਆ ਸੀਗਾ ਉਹ 'ਚ ਮੇਰਾ ਨੰਬਰ ਆਇਆ ਜੀ 0, ਡਾਂਟਣਾ ਬਸ ਜਵਾਕ ਨੂੰ। ਠੀਕ ਹੈ। ਹਾਂਜੀ, ਤੁਹਾਡੇ ਕਿੰਨੇ ਨੰਬਰ ਸੀ ਕੱਲ ਵਾਲੇ ਟੈਸਟ 'ਚ? ਤੁਹਾਨੂੰ ਪੁੱਛਣੀ ਪਈ ਆ, ਕਿੰਨੇ ਨੰਬਰ ਸੀ ਕੱਲ ਦੇ ਟੈਸਟ 'ਚ? ਬਹੁਤ ਜ਼ਿਆਦਾ ਸੀ ਨੰਬਰ। ਓਹੋ, ਇੰਨੇ ਜ਼ਿਆਦਾ ਆ ਗਏ ਸੀ, ਮੂੰਹ 'ਚ ਨਹੀਂ ਨਿਕਲ ਰਹੇ? ਕਿੰਨੇ ਸੀ? ਸ਼ਰਮ ਬੜੀ ਆਉਂਦੀ। ਸ਼ਰਮ ਆਉਂਦੀ ਹੈ ਕਿਉਂ? ਨੈਗੇਟਿਵ ਸੀ 0? ਓਹੋ, 0 ਤਾਂ ਕਿਸੇ ਕਿਸੇ ਦੇ ਆਉਂਦੇ ਨੇ ਕਮਲਿਆ, ਮਾਨ ਕਰ। ਕਿਆ ਬਾਤ ਜੀ, ਮੈਡਮ ਹੋਵੇ ਇੱਕ ਸੋਹਣੀ, ਉੱਤੋਂ ਤੋਂ ਹੋਵੇ 0, ਉੱਤੋਂ ਇਹ ਵੀ ਕਵੇ ਤੂੰ ਮਾਣ ਕਰਿਆ ਕਰ। ਤੋ 0 ਵਾਲੇ ਘਬਰਾਓ ਨਾ, ਮਾਣ ਕਰਿਆ ਕਰੋ। ਤੇ ਹੋਰ ਸ਼ੌਂਕ ਜੀ, ਗੀਤ ਵੀ ਆਉਂਦਾ? ਹਾਂਜੀ ਸੁਣਾਓ ਜੀ। ਆ ਗੀਤ ਮੇਰੇ ਡੈਡੀ ਵਾਸਤੇ ਆ। ਜਦ ਚੱਕਮੀ ਸਪੋਰਟ ਹੁੰਦੀ ਬਾਪੂ ਦੀ, ਫਿਰ ਕਰੀਦੀ ਨੀ ਪਰਵਾਹ ਲੋਕਾਂ ਦੀ, ਰੱਖੀ ਬਾਪੂ ਮੇਰਾ ਦਾਦਿਆ ਤੂੰ ਕੈਮ ਹੋਏ, ਬਾਪੂ ਰੱਖੀ ਰੱਬਾ ਮੇਰਾ ਕੈਮ ਹੋਏ, ਮੈਂ ਕੱਢ ਦੂੰਗੀ ਦੁਨੀਆ ਦੇ, ਕੱਢ ਦੂੰਗੀ ਦੁਨੀਆ ਦੇ ਵਹਿਮ ਹੋਏ, ਮੈਂ ਕੱਢ ਦੂੰਗੀ ਦੁਨੀਆ ਦੇ ਵਹਿਮ ਹੋਏ। ਕਰੀਦੀ ਬਾਪੂ ਸਿਰੇ ਐਸ਼ ਉਡਾਈ ਦਾ ਦਿਨੋ ਦਿਨ ਕੈਸ਼, ਕਰੀਦੀ ਬਾਪੂ ਸਿਰੇ ਐਸ਼ ਉਡਾਈ ਦਾ ਦਿਨੋ ਦਿਨ ਕੈਸ਼, ਰੱਖੀ ਚੜ੍ਹਦੀ ਕਲਾ ਵਿੱਚ ਦਾਤਿਆ, ਚੱਕਮੀ ਹੈ ਚੱਕਮੀ ਸਪੋਰਟ ਬਾਪੂ ਦੀ, ਚੱਕਮੀ ਹੈ ਚੱਕਮੀ ਸਪੋਰਟ ਬਾਪੂ ਦੀ, ਚੱਕਮੀ ਹੈ ਚੱਕਮੀ ਸਪੋਰਟ ਬਾਪੂ ਦੀ, ਚੱਕਮੀ ਹੈ ਚੱਕਮੀ ਸਪੋਰਟ ਬਾਪੂ ਦੀ। ਕੀ ਨਾਮ ਜੀ ਵੀਰੇ? ਸਚਿਨ ਮਲਿਕ। ਕੀ ਸੁਣਾਓਗੇ ਜੀ? ਗਾਣਾ ਸੁਣਾਵਾਂਗੇ ਜੀ। ਸੁਣਾਓ ਜੀ। ਉਹ ਗੱਲ ਸੱਚ ਜਾਣੀ ਕੀਤਾ ਸੀ ਨੀ, ਗੌਰ ਨੀ ਮੈਂ ਜੱਜ ਵੱਲੋਂ ਦਿੱਤੇ ਹਿੰਟ ਤੇ, ਉਹ ਮੈਨੂੰ ਲੱਗਦਾ ਇਹ ਗੱਲ ਹੁਣ ਖੜ ਗਈ ਹੈ ਤੇਰੀ ਨੀ ਸਟੇਟਮੈਂਟ ਤੇ, ਉਹ ਬਾਕੀ ਨਵੇਂ ਜੇ ਸਲਾਰੂਆਂ ਦੀ ਟੋਲੀ ਵੱਖਾ ਤੂੰ ਕਿਵੇਂ ਧੂੜ ਚੱਟ ਦੀ, ਉਹ ਤੇਰੀ ਸੋਹਣੀ ਏ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾਲ ਵਾਰੀ ਜੱਟਦੀ, ਉਹ ਤੇਰੀ ਸੋਹਣੀ ਏ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾਲ ਵਾਰੀ ਜੱਟਦੀ, ਉਹ ਗੈਸ ਕੈਪ ਕੈਡੀ ਦਾਸ, ਉਹ ਗੁੱਚੀ ਨਾਇਕੀ ਵੀ ਨੀ ਖਾਸ, ਉਹ ਮੁੰਡਾ ਦੇਸੀ ਦਾ ਸ਼ੁਕੀਨ ਕੁੜੀਏ, ਉਹ ਮੁੰਡਾ ਉਹਨੇ ਦੀਆਂ ਪਾਉਂਦਾ ਏ ਜੁਰਾਬਾਂ ਜਿਨੇ ਦੀ ਤੇਰੀ ਜੀਨ ਕੁੜੀਏ। ਭੰਗੜੇ ਹਜੇ ਹੋਰ ਪੈਣਗੇ, ਤੁਸੀਂ ਕਿਤੇ ਨਾ ਜਾਇਓ, ਮਿਲਦੇ ਆ ਇੱਕ ਛੋਟੇ ਜਿਹੇ।
ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਅਤੇ ਗਲੈਕਸੀ ਗਲੋਬਲ ਗਰੁੱਪ ਐਸੋਸੀਏਸ਼ਨ ਜਿਹੜਾ ਕਿ ਅੰਬਾਲੇ 'ਚ ਪੈਂਦਾ ਜੀ ਬਹੁਤ ਰੌਣਕਾਂ ਅਸੀਂ ਬੱਚਿਆਂ ਦੇ ਨਾਲ ਕੀਤੀਆਂ ਹਾਸੇ ਠਿੱਠੇ ਪਾਏ ਡਾਂਸ ਵੀ ਅਸੀਂ ਦੇਖਿਆ ਬੱਚਿਆਂ ਦਾ ਹੁਣ ਅਸੀਂ ਟੀਚਰ ਸੰਬੰਧਾਂ ਨਾਲ ਗੱਲਬਾਤ ਕਰਾਂਗੇ ਕੁਨਾਲ ਗਰਗ ਜਿਹੜੇ ਕਿ ਇਸ ਕਾਲਜ ਦੇ CEO ਨੇ ਉਹ ਮੇਰੇ ਨਾਲ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਊ ਆਰ ਯੂ ਹੈਲੋ ਜੀ ਗੁੱਡ ਆਫਟਰਨੂਨ ਅੰਗਰੇਜ਼ੀ ਮੈਨੂੰ ਘੱਟ ਆਉਂਦੀ ਜੀ ਮੈਨੂੰ ਪੰਜਾਬੀ ਘੱਟ ਆਉਂਦੀ ਹੈ ਅੱਛਾ ਤੁਹਾਨੂੰ ਪੰਜਾਬੀ ਘੱਟ ਮੈਨੂੰ ਪੰਜਾਬੀ ਘੱਟ ਆਉਂਦੀ ਹੈ ਚਲੋ ਆਪਾਂ ਇਹ ਆਪਾਂ ਹਿੰਦੀ ਮੇ ਕਰ ਲਈ ਜੀ ਫਿਰ ਹਿੰਦੀ ਮੇ ਕਰ ਲਈ ਕੋਈ ਬਾਤ ਨਹੀਂ ਤੇ ਸਰ ਤੁਸੀਂ ਕਦੋਂ ਸ਼ੁਰੂ ਕੀਤਾ ਜੀ ਇਹ ਕੈਂਪਸ 2009 ਮੇ ਸਟਾਰਟ ਕੀਤਾ ਥਾ ਐਸਟੈਬਲਿਸ਼ ਹਮਨੇ ਕੀਤਾ ਥਾ 2008 ਮੇ ਓਕੇ ਜੀ ਐਂਡ 7-8 ਸਾਲ ਹੋ ਚੁੱਕੇ ਹੈ ਕੈਂਪਸ ਕੋ ਬਨੇ ਓਕੇ ਔਰ 30 ਏਕਰਸ ਮੇ ਕੈਂਪਸ ਹੈ ਇਹ ਕੁਰਸ਼ੇਤਰਾ ਯੂਨੀਵਰਸਿਟੀ ਸੇ ਐਫੀਲੀਏਟਿਡ ਹੈ ਓਕੇ ਜੀ ਫੈਮਿਲੀ ਚ ਕੌਣ ਕੌਣ ਹੈ ਜੀ ਫੈਮਿਲੀ ਮੇ ਮੈਂਬਰਸ ਬ੍ਰਦਰ ਸਿਸਟਰ ਮਦਰ ਫਾਦਰ ਬਹੁਤ ਔਖਾ ਹੁੰਦਾ ਜ਼ਿੰਮੇਵਾਰੀ ਇੱਧਰ ਵੀ ਸਾਂਭਣੀ ਉੱਧਰ ਪਰਿਵਾਰ ਨਾਲ ਫਿਰ ਕਿਵੇਂ ਟਾਈਮ ਦਿੰਦੇ ਹੋ ਦੋਵੇਂ ਪਾਸੇ ਐਸਾ ਹੈ ਕਿ ਦੋਨੋਂ ਚੀਜ਼ ਅਲੱਗ ਅਲੱਗ ਹੈ ਪ੍ਰੋਫੈਸ਼ਨਲਿਜ਼ਮ ਆਪਣੀ ਜਗ੍ਹਾ ਹੈ ਪਰਸਨਲ ਲਾਈਫ ਆਪਣੀ ਜਗ੍ਹਾ ਦੋਨੋਂ ਕੋ ਬੈਲੈਂਸ ਦੇਣਾ ਬਹੁਤ ਮੁਸ਼ਕਿਲ ਹੈ ਬਿਲਕੁਲ ਬਿਕੋਜ਼ ਜਿੰਨੇ ਵੀ ਟੀਚਰਸ ਯਹਾਂ ਖੜੇ ਹੈ ਸਭ ਮੇਰੇ ਖਿਆਲ ਸੇ ਮੈਕਸੀਮਮ ਟੀਚਰਸ ਫੈਮਿਲੀ ਵਾਲੇ ਹੈ ਔਰ ਸਭ ਕੋ ਅੱਛੇ ਸੇ ਪਤਾ ਹੈ ਕੈਸੇ ਮੈਨੇਜ ਕਰਨਾ ਹੈ ਮੈਂ ਏਜ ਮੈਂ ਇਨਸੇ ਕਾਫੀ ਜੂਨੀਅਰ ਹੂੰ ਬਟ ਇਨਸੇ ਪਹਿਲੇ ਇਹ ਸਭ ਚੀਜ਼ਾਂ ਸਿੱਖੀਆਂ ਕਿ ਪਰਸਨਲ ਲਾਈਫ ਔਰ ਪ੍ਰੋਫੈਸ਼ਨਲ ਲਾਈਫ ਕੋ ਕੈਸੇ ਅਲੱਗ ਅਲੱਗ ਨਿਭਾਉਣਾ ਹੈ ਏਜ ਤੁਸੀਂ ਇਹਨਾਂ ਤੋਂ ਛੋਟੇ ਹੋ ਜੀ ਬਿਲਕੁਲ ਮੈਕਸੀਮਮ ਸੇ ਛੋਟਾ ਹੂੰ ਅੱਛਾ ਥੋੜ੍ਹਾ ਵਿਆਹ ਹੋ ਗਿਆ ਜੀ ਡੈਫੀਨੇਟਲੀ ਹੋ ਗਿਆ ਅੱਛਾ ਜੀ ਜੀ ਏਜ 'ਚ ਇਹਨਾਂ ਤੋਂ ਛੋਟੇ ਹੋ ਤਾਂ ਵੀ ਵਿਆਹ ਹੋ ਗਿਆ ਜੀ ਯਹਾਂ ਪਰ ਕਈ ਐਸੇ ਬੱਚੇ ਵੀ ਜਿਨਕੀ ਵੀ ਸ਼ਾਦੀ ਹੋ ਚੁੱਕੀ ਹੈ ਅੱਛਾ ਜਿਹੜੇ ਬੱਚੇ ਹੈ ਜੀ ਸੋ ਜਿਨ੍ਹਾਂ ਦਾ ਭਾਈ ਵਿਆਹ ਨਹੀਂ ਹੁੰਦਾ ਇੱਥੇ ਜ਼ਰੂਰ ਐਡਮਿਸ਼ਨ ਲਿਓ ਬਹੁਤ ਵਧੀਆ ਲੱਗਿਆ ਗੱਲ ਕਰਕੇ ਥੈਂਕ ਯੂ ਸੋ ਮਚ ਸੀਨੀਅਰ ਹੋਰ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਰ ਸੁਸ਼ੀਲ ਅਗਰਵਾਲ ਸੁਸ਼ੀਲ ਅਗਰਵਾਲ ਜੀ ਪਰਿਵਾਰ 'ਚ ਕੌਣ ਕੌਣ ਹੈ ਜੀ ਪਰਿਵਾਰ 'ਚ ਇਸ ਵੇਲੇ ਤਾਂ ਮੈਂ ਅਤੇ ਮੇਰੀ ਵਾਈਫ ਬਾਕੀ ਸਾਰੇ ਸੈਟਲ ਹੋ ਗਏ ਆਪਣੇ ਆਪਣੇ ਘਰਾਂ ਚਲੇ ਗਏ ਕੌਣ ਕੌਣ ਗਿਆ ਜੀ ਆਪਾਂ ਆਪਣੇ ਘਰਾਂ 'ਚ ਦੋਵੇਂ ਕੁੜੀਆਂ ਦੋਵੇਂ ਕਿੱਥੇ ਹੋਈ ਹੈ ਮੈਰਿਜ ਇੱਕ ਦੀ ਕੁਰਕਸ਼ੇਤਰ ਹੋਈ ਹੈ ਓਕੇ ਜੀ ਇੱਕ ਦੀ ਯਮੁਨਾ ਨਗਰ ਹੋਈ ਹੈ ਓਕੇ ਜੀ ਇੱਦਾਂ ਨਹੀਂ ਲੱਗਦਾ ਵੀ ਬੱਚੇ ਵਿਆਹੇ ਗਏ ਅਸੀਂ ਸੈੱਟ ਹੋ ਗਏ ਬੋਰਿੰਗ ਨਹੀਂ ਹੁੰਦੀ ਲਾਈਫ ਬੋਰਿੰਗ ਕਿਉਂ ਐਸੇ ਐਸੇ ਇੰਜੋਏ ਕਰਨੇ ਆ ਯੰਗ ਬੱਚੇ ਅੱਛਾ ਅੱਛਾ ਵੀ ਕੁੜੀਆਂ ਵਿਆਹਦੀਆਂ ਇੰਜੋਏ ਤਾਂ ਹੁਣ ਕਰ ਰਹੇ ਆ ਇੰਜੋਏ ਕਰ ਰਹੇ ਹਨ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਤੇ ਮੈਡਮ ਜੀ ਕੀ ਕਰਦੇ ਜੀ ਉਹ ਮੈਡਮ ਹਾਊਸ ਵਾਈਫ ਨੇ ਉਹ ਹਾਊਸ ਵਾਈਫ ਹਾਂ ਸ਼ਾਦੀ ਕੀ ਹੁੰਦੀ ਹੈ ਜੀ ਜੇ ਇੱਕ ਲਾਈਨ 'ਚ ਡਿਫਾਈਨ ਕਰਨਾ ਹੋਵੇ ਕਿ ਵਾਟ ਇਜ਼ ਸ਼ਾਦੀ ਬੰਧਨ ਅੱਛਾ ਇੱਕ ਸ਼ਬਦ ਵਿੱਚ ਬੰਧਨ 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 ਖਤਮ ਸਮਾਜਿਕ ਨਹੀਂ ਅੱਛਾ ਇਟ ਇਜ਼ ਗੁੱਡ ਇਨ ਅ ਗੁੱਡ ਸੈਂਸ ਇਨ ਅ ਗੁੱਡ ਸੈਂਸ ਹਾਂ ਚਾਹੇ ਸਮਾਜਿਕ ਤੌਰ ਤੇ ਲਓ ਚਾਹੇ ਪਰਸਨਲ ਲਾਈਫ ਚ ਲਓ ਹਾਂਜੀ ਚਾਹੇ ਤੁਸੀਂ ਆਪੇ ਕਿਸੇ ਵੀ ਐਜੂਕੇਸ਼ਨਲ ਚ ਲਓ ਕੈਰੈਕਟਰ ਵਾਈਜ਼ ਲਓ ਇਟਸ ਅ ਬੰਧਨ ਇਟ ਇਜ਼ ਦਾ ਬੈਸਟ ਕਰਾਉਣੀ ਚਾਹੀਦੀ ਹੈ ਮਤਲਬ ਬਿਲਕੁਲ 100% ਜਿਹੜਾ ਨਹੀਂ ਕਰਾਏਗਾ ਬੜਾ ਦੁਖੀ ਹੋਏਗਾ ਇਹ ਤੁਸੀਂ ਪਹਿਲੇ ਹੋ ਜੀ ਜਿੰਨੇ ਤੁਸੀਂ ਖੁਸ਼ ਹੋ ਸਾਰੇ ਬਿਲਕੁਲ ਐਂਡ ਫਸਟ ਕਲਾਸ ਡਰ ਕੇ ਨਹੀਂ ਕਹਿਣਾ ਬਾਈ ਤੁਹਾਨੂੰ ਮੇਰੀ ਸਿਹਤ ਤੋਂ ਨਹੀਂ ਪਤਾ ਲੱਗਦਾ ਕਿ ਮੈਂ ਖੁਸ਼ ਹਾਂ 5 ਸਾਲ ਦਾ ਹੋਣ ਦੇ ਬਾਵਜੂਦ ਵਾਲਾਂ ਤੋਂ ਨਹੀਂ ਲੱਗਦਾ ਬਾਲ ਤੇ ਉੱਡ ਗਏ ਬਾਲ ਤੇ ਮੇਰੇ ਤੁਹਾਡੇ ਤੋਂ ਜ਼ਿਆਦਾ ਸੀਗੇ ਜਦੋਂ ਤੁਹਾਡੀ ਉਮਰ ਸੀ ਕਿਤਾਬਾਂ ਦੇ ਨਾਲ ਦੋਸਤੀ ਨਹੀਂ ਤਾਂ ਸਿੰਸੀਅਰਲੀ ਕੰਮ ਕਰਾਂਗੇ ਤਾਂ ਉੱਡਣਗੇ ਨਾ ਕੁਝ ਜਿਹਨੂੰ ਯੂਜ਼ ਨਹੀਂ ਕਰਾਂਗੇ ਤਾਂ ਫਿਰ ਕਿੱਥੇ ਉੱਡਣਗੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਾਰੇ ਪੜਨ ਵਾਲੇ ਹੋ ਜਾਣਗੇ ਤਾਂ ਤੁਹਾਡੇ ਪ੍ਰੋਗਰਾਮ 'ਚ ਫਿਰ ਕਿਸੇ ਨੇ ਸ਼ੋਅ ਨਹੀਂ ਫਿਰ ਕਾਹਦਾ ਫਾਇਦਾ ਫਿਰ ਸਾਰੇ ਪੜ੍ਹਦੇ ਰਹਿੰਦੇ ਹਾਂਜੀ ਨਾਲੇ ਫਿਰ ਤੁਸੀਂ ਵੀ ਸ਼ਾਂਤ ਜੇ ਰਹੋਗੇ ਜੀ ਫਿਰ ਉਹ ਮਤਾ ਹੀ ਨਹੀਂ ਨਾ ਹੈਗਾ ਲਾਈਫ 'ਚ ਜਦ ਤੱਕ ਲਹਿਰਾਂ ਨਹੀਂ ਹੋਣਗੀਆਂ ਤਦ ਤੱਕ ਕੋਈ ਫਾਇਦਾ ਨਹੀਂ ਸਭ ਤੋਂ ਵੱਡੀ ਲਹਿਰ ਕਦੋਂ ਆਉਂਦੀ ਜ਼ਿੰਦਗੀ 'ਚ ਵਿਆਹ ਤੋਂ ਬਾਅਦ ਹੀ ਆਉਂਦੀ ਜੀ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਇਮੀਡੀਏਟਲੀ ਬਾਅਦ ਲਹਿਰ ਹੀ ਆਉਂਦੀ ਹੈ ਫਿਰ ਉਸ ਤੋਂ ਬਾਅਦ ਸਮੂਥ ਹੋ ਜਾਂਦਾ ਕੰਮ ਫਿਰ ਮਤਲਬ ਕਿ ਲਹਿਰ ਨਾਲ ਵੀ ਸੁਨਾਮੀ ਕਹਿ ਲਓ ਜੀ ਨਹੀਂ ਜੀ ਲਹਿਰ ਹੀ ਸੀਗੀ ਜੀ ਅੱਛਾ ਲਹਿਰ ਹੀ ਸੀਗੀ ਸੁਨਾਮੀ ਦਾ ਫਿਰ ਨੁਕਸਾਨ ਕਰਦੀ ਹੈ ਲਹਿਰ ਤਾਂ ਕਿ ਠੀਕ ਹੈ ਤੁਹਾਡਾ ਕੰਮ ਠੀਕ ਹੈ ਜੀ ਬਹੁਤ ਵਧੀਆ ਕਰੋ ਜੀ ਮੌਜਾ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ਼ਿਵਾਨੀ ਸ਼ਿਵਾਨੀ ਗੁੱਡ ਟੀਚਰ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਹੋਣੀ ਚਾਹੀਦੀ ਗੁੱਡ ਟੀਚਰ ਮੈਂ ਕੁਆਲਿਟੀਜ਼ ਆਉਣੀ ਚਾਹੀਏ ਕਿ ਉਸਕੋ ਸਾਰਾ ਕੁਝ ਪਹਿਲੇ ਖੁਦ ਪ੍ਰਿਪੇਅਰ ਕਰਕੇ ਆਉਣਾ ਚਾਹੀਏ ਲੈਕਚਰ ਐਂਡ ਜੋ ਵੀ ਬੱਚੇ ਹੈ ਉਸ ਉਨ ਪੇ ਪੂਰਾ ਧਿਆਨ ਰੱਖਣਾ ਚਾਹੀਏ ਕਿਤਾਬ ਖੋਲ ਕੇ ਪੜਾਉਣਾ ਚਾਹੀਦਾ ਕਿ ਬੰਦ ਕਰਕੇ ਨਹੀਂ ਨਹੀਂ ਬੰਦ ਕਰਕੇ ਪਹਿਲੇ ਪ੍ਰਿਪੇਅਰ ਕਰਕੇ ਆਉਣਾ ਚਾਹੀਏ ਨਾ ਬੱਚਿਆਂ ਦੇ ਸਾਹਮਣੇ ਕਿਤਾਬ ਖੋਲ ਕੇ ਥੋੜੀ ਗੱਲ ਕਰਾਂਗੇ ਅੱਛਾ ਜੀ ਕਿਤਾਬ ਨਹੀਂ ਖੋਲਣੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਮੈਨੂੰ ਪੜਾਉਂਗੇ ਪਹਿਲੇ ਤੇ ਆਪਣੀ ਇੰਟਰੋਡਕਸ਼ਨ ਦਿਓ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਨਾ ਰਵਨੀਤ ਹੈ ਜੀ ਅੱਛਾ ਔਰ ਫਿਰ ਕਿੱਥੋਂ ਪਲੱਸ 2 ਕੀਤੀ ਹੈ ਪਲੱਸ 2 ਜੀ ਚੰਡੀਗੜ੍ਹੋਂ ਕੀਤੀ ਚੰਡੀਗੜ੍ਹੋਂ ਕੀਤੀ ਹੈ ਕਿੰਨੇ ਮਾਰਕਸ ਆਏ ਮਾਰਕਸ ਆਏ ਜੀ 62% ਤੇ ਤੁਹਾਡਾ ਫੇਵਰੇਟ ਸਬਜੈਕਟ ਤੁਸੀਂ ਵੀ ਪੜ੍ਹਾਓ ਜੀ ਕੁਛ ਹੁਣ
एक्स एक्स स्क्वायर प्लस 3x प्लस 2 है एक मिनट जी मैडम जी एक्स स्क्वायर प्लस 3x हां जी प्लस 2 हां जी इज इक्वल टू 5 हां जी फाइंड द वैल्यू ऑफ x पहला देना जी मेरा ये तो सेकंड थर्ड क्लास का क्वेश्चन है फाइंड द वैल्यू ऑफ x हां जी आ गया जी क्या खड़ जो जी आ रहे हैं x 6 है जी गलत है जी कितना होना चाहिए जी हले तो मैंने भी कैलकुलेट करना ਬਹੁਤ ਵਧੀਆ ਕਰੋ ਜੀ ਕੈਲਕੂਲੇਟ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅੰਕਿਤਾ ਅੰਕਿਤਾ ਜੀ ਹਾਂਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਅੰਬਾਲਾ ਸੇ ਅੰਬਾਲਾ ਸੇ ਤੇ ਕਿੰਨਾ ਚਿਰ ਹੋ ਗਿਆ ਜੀ ਇਸ ਫੀਲਡ ਦੇ ਵਿੱਚ ਐਜੂਕੇਸ਼ਨ ਫੀਲਡ 'ਚ ਐਜੂਕੇਸ਼ਨ ਫੀਲਡ ਮੇ 8.5 ਸਾਲ 8.5 ਸਾਲ ਹੋ ਗਏ ਜੀ ਬੱਲੇ 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 ਤੇ ਕਿੱਦਾਂ ਰਿਹਾ ਜੀ ਸਫ਼ਰ ਅਜੇ ਤੱਕ ਅੱਛਾ ਰਹਾ ਅੱਛਾ ਜੀ ਤੁਹਾਡੇ ਹਸਬੈਂਡ ਆ ਜੀ ਹਾਂਜੀ ਬੜੇ ਡਰਦੇ ਡਰਦੇ ਖੜੇ ਹੋ ਜੀ ਮਗਰ ਯਹੀ ਪਰ ਹੀ ਡਰ ਰਹੇ ਹੈ ਜੀ ਤੇ ਜਦੋਂ ਪਹਿਲੀ ਵਾਰ ਦੇਖਿਆ ਸੀਗਾ ਜੀ ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਉਹ ਹੁੰਦੀ ਹੈ ਨਾ ਵੀ ਮੂੰਹ ਦਿਖਾਈ ਉਦੋਂ ਤੁਸੀਂ ਇਹਨਾਂ ਬਾਰੇ ਕੀ ਸੋਚਿਆ ਸੀਗਾ ਜੀ ਸਭ ਤੋਂ ਪਹਿਲੀ ਚੀਜ਼ ਆ ਗਿਆ ਨੰਬਰ ਅੱਛਾ ਜੀ ਜਦੋਂ ਤੁਹਾਡੇ ਇਹ ਆਏ ਜੀ ਤੁਹਾਡੇ ਮੂੰਹ ਚੋਂ ਕੀ ਨਿਕਲਿਆ ਜੀ ਪਹਿਲੀ ਸ਼ਬਦ ਧਿਆਨ ਨਹੀਂ ਅੱਛਾ ਇੱਧਰ ਧਿਆਨ ਹੀ ਨਹੀਂ ਸੀਗਾ ਉਦੋਂ ਸ਼ਿਵਾਨੀ ਜੀ ਆਪ ਕਹਾਂ ਸੇ ਅੰਬਾਲਾ ਕੈਂਟ ਸੇ ਔਰ ਆਪਕਾ ਸਬਜੈਕਟ ਯਹਾਂ ਪੇ ਮੈਨੇਜਮੈਂਟ ਮੈਨੇਜਮੈਂਟ ਬਹੁਤ ਕਰੋ ਵੀ ਇੱਧਰ ਗੁੜੀਆ ਜੀ ਹੈ ਨਾ ਜੀ ਇਹ ਗੁੜੀਆ ਜੀ ਲੋਕਾਂ ਦੀ ਗੁੜੀਆਂ ਹੁਣ ਸੋਹਣੀ ਰਹੀ ਜੀ ਮੈਂ ਚਲੋ ਮੈਂ ਤੁਹਾਡੀ ਗੁੜੀਆ ਜੀ ਗੱਲ ਮਗਾਓ ਇੰਨੀ ਵੱਡੀ ਗੁੜੀ
मेरा तारा है तू, तू मेरी सपनों का आंखों का तारा है तू, चंदा चंदा मामा दूर से आ गया नहीं नहीं हाजिर नहीं आई जी अखा बंद हो रही है सी अखा बंद हो रही तू चुप कर खुल गई अखा जवाक अजकल एहो जी जमदे नहीं खोल देने चलो जी दोबारा जी खुल गई अखा जी चंदा है तू मेरा सूरज है तू बह जाओ चक्कर आ जूगे नहीं नहीं बोलो तो मेरी आ सुवाओ जी है नहीं जी बस आ गई नींद अच्छा ऐ सुवाओ इन्होंने बच्चे बस अच्छा दो दो बार करके दो थप्पड़ मार दो है ना बिल्कुल बिल्कुल चल ठीक है चल सो जाओ हां बहुत बढ़िया गॉड ब्लेस यू गॉड ब्लेस यू की नाम है थोड़ा पूजा शर्मा पूजा शर्मा जी तुसी सुनाओ जी गीत एना तेनु प्यार करां प्यार जीवे कर देने कन्हैया ते लहरानी प्यार जीवें कर देने शिकर दो पैरानी एना तेनु प्यार करां एना तेनु प्यार करां किदे लिए जी हस्बैंड के लिए बहुत बढ़िया जी हस्बैंड जी कहंदे हुण वी बड़े गीत सुना रही है घरे दा बहुत कुत्ते खणी हुंदी है हां जी नहीं कुत्ते खणी नहीं हुंदे लड़दे हो जी नहीं कभी कभी थोड़ा बहुत तो भांडे दा खड़कना चाहिदा जी बहुत बढ़िया जवाक ਬਿਲਕੁਲ ਨਾ ਫਿਰ ਤਾਂ ਦੇਣਾ ਨਹੀਂ ਐਡਮਿਸ਼ਨ ਆ ਨਾ ਸਪੋਜ਼ ਕਰੋ ਵੀ ਡੈਡੀ ਕਹਿ ਰਿਹਾ ਵੀ ਇਹ ਕਾਲਜ ਬਹੁਤ ਚੰਗਾ ਹੈ ਠੀਕ ਹੈ ਡੈਡੀ ਨੂੰ ਫਿਕਰ ਮੇਰਾ ਬਹੁਤ ਹੈ ਬਹੁਤ ਫਿਕਰ ਹੈ ਡੈਡੀ ਨੂੰ ਇਹ ਵੀ ਜੀ ਹੋਰ ਕਾਲਜ ਪਾ ਦਾ ਜਵਾਕ ਹੋਰ ਨਾ ਖਰਾਬ ਹੋ ਜੇ ਇਸ ਕਾਲਜ ਪਾ ਕੇ ਸ਼ਾਇਦ ਸੁਧਰ ਜੇ ਠੀਕ ਹੈ ਹਾਂਜੀ ਬੱਚੇ ਕੀ ਨਾਮ ਹੈ ਤੁਹਾਡਾ ਰਵਨੀਤ ਹੈ ਅੱਛਾ ਕਿੱਥੋਂ ਆ
ਕਿਹੜੇ ਪਿੰਡ ਤੋਂ? ਹਾਂਜੀ ਕਿਹੜੇ ਪਿੰਡ ਤੋਂ? ਸ਼ਾਹਬਾਦ ਤੋਂ? ਹਾਂਜੀ ਓਕੇ 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 ਕਿਹਦੇ 'ਚ ਐਡਮਿਸ਼ਨ ਲੈਣਾ ਤੁਸੀਂ? ਡੈਡੀ ਨੇ ਭੇਜਿਆ। ਡੈਡੀ ਨੇ ਭੇਜਿਆ? ਕਿਹਦੇ ਵਾਸਤੇ ਭੇਜਿਆ? ਹਾਂਜੀ ਕਿਹਦੇ ਵਾਸਤੇ ਭੇਜਿਆ? ਕਿੱਦਾਂ ਦਾ ਐਡਮਿਸ਼ਨ? ਕਿਹੜੇ ਕੋਰਸ ਵਾਸਤੇ ਭੇਜਿਆ ਹੈਗਾ? ਕੀ ਕੀਤਾ ਹੋਇਆ ਤੁਸੀਂ? ਪਲੱਸ ਟੂ। ਪਲੱਸ ਟੂ ਵਿੱਚ ਕਿਹੜਾ ਸਬਜੈਕਟ ਸੀ? ਆਰਟਸ। ਆਰਟਸ ਹੀ ਹੈਗਾ। ਦੇਖੋ ਆਰਟਸ ਦੇ ਲਈ ਸਾਡੇ ਕੋਲ ਸਿਰਫ ਇੱਕ ਹੀ ਕੋਰਸ ਹੈਗਾ, ਠੀਕ ਹੈ। ਅਗਰ ਤੁਹਾਡੇ ਕੋਲ ਮੈਥਸ ਹੈਗਾ ਸੀ 12ਵੀਂ, ਤੁਹਾਡੇ ਕੋਲ ਜਿਹੜਾ ਕੋਰਸ ਸੀ ਉਹਦੇ ਲਈ ਮੈਥ ਚਾਹੀਦਾ ਸੀਗਾ? ਹਾਂ ਦੇਖੋ ਜੀ, ਅਗਰ ਤਾਂ ਦੋ ਕੋਰਸ ਹੈਗੇ ਸਾਡੇ ਕੋਲ, ਇੱਕ ਬੀ ਸੀ ਏ ਵਾਸਤੇ ਮੈਥ ਚਾਹੀਦਾ, ਫਿਰ ਤਾਂ ਬੀ ਬੀ ਏ ਕਰਨੀ ਪਈ ਤੁਹਾਨੂੰ। ਬਾਕੀ ਨੰਬਰ ਕਿੰਨੇ 12ਵੀਂ 'ਚ ਕਿੰਨੇ ਚਾਹੀਦੇ ਤੁਹਾਨੂੰ? ਸਾਨੂੰ 55 ਚਾਹੀਦੇ ਨੇ। ਹੈਂ 55%? ਇੰਨੇ ਤਾਂ ਹੈਗੇ ਜੀ। ਹੈਗੇ, ਫਿਰ ਕੋਈ ਗੱਲ ਨਹੀਂ, ਹੋ ਜਾਏਗਾ। ਆਪਣੇ ਡਾਕੂਮੈਂਟ ਲੈ ਆਇਓ। ਕੱਲ੍ਹ ਲਿਆਵਾਂ ਜੀ ਡਾਕੂਮੈਂਟ? ਹਾਂ ਕੱਲ੍ਹ ਲਿਆਓ। ਠੀਕ ਹੈ ਜੀ। ਅਤੇ ਨਾਲ ਆਪਣੇ ਪੇਰੈਂਟ ਨੂੰ ਵੀ ਨਾਲ ਲੈ ਕੇ ਆਇਓ, ਕਿਸੇ ਫਾਦਰ ਨੂੰ, ਪਿਤਾ ਜੀ ਨੂੰ, ਜਿਹਨੇ ਕਿਹਾ ਕਿ ਫਾਦਰ ਅਤੇ ਪਿਤਾ ਜੀ ਇੱਕੋ ਹੀ ਹੈ ਜੀ ਬਸ। ਹਾਂ ਬਸ ਉਹਨੂੰ ਹੀ ਲੈ ਕੇ ਆਉਣਾ। ਤੁਸੀਂ ਕਹਿੰਦੇ ਫਾਦਰ ਵੀ ਲੈ ਕੇ ਆਓ, ਪਿਤਾ ਜੀ ਵੀ? ਫਾਦਰ ਹੋਣ, ਪਿਤਾ ਜੀ ਹੋਣ, ਦਾਦਾ ਜੀ ਹੋਏ, ਸੀਨੀਅਰ ਨੂੰ ਜ਼ਰੂਰ ਲੈ ਕੇ ਆਉਣਾ ਸਾਡੇ ਕਾਲਜ 'ਚ, ਕਿਉਂਕਿ ਬੀ ਬੀ ਏ 'ਚ ਆਪਾਂ ਬੜਾ ਚੁਣ ਕੇ ਬੱਚਾ ਲੈਂਦੇ ਹੈਗੇ ਹਾਂ, ਖਾਸ ਕਰ ਬੀ ਬੀ ਏ ਬੱਚਾ ਥੋੜ੍ਹਾ ਨਲਾਇਕ ਹੋਵੇ। ਨਲਾਇਕ ਹੋਵੇ ਫਿਰ ਆਪਾਂ ਐਡਮਿਸ਼ਨ ਦਿੰਦੇ, ਫਿਰ ਆਪਾਂ ਦੂਜਾ ਕਾਲਜ ਦੱਸ ਦਿੰਦੇ ਹਾਂ। ਅੱਛਾ ਵੀ ਉੱਧਰ ਜਾਓ? ਹਾਂ ਉੱਧਰ ਚਲੇ ਜਾਓ, ਕਿਉਂਕਿ ਸਾਡੇ ਕੋਲ ਚਾਂਸ ਨਹੀਂ ਹੈ। ਠੀਕ ਹੈ ਜੀ, ਬਹੁਤ ਵਧੀਆ ਲੱਗਿਆ, ਥੈਂਕ ਯੂ ਸੋ ਮਚ। ਤੁਹਾਡਾ ਨਾਮ ਸਰ? ਇੰਜੀਨੀਅਰ ਦੀਦਾਰ ਸਿੰਘ। ਓਕੇ ਜੀ ਸਰ, ਤੁਹਾਡੇ ਸ਼ੌਂਕ ਕਿੱਥੋਂ ਬਿਲੋਂਗ ਕਰਦੇ ਹੋ ਜੀ? ਅੰਬਾਲਾ ਸਿਟੀ। ਅੰਬਾਲਾ ਸਿਟੀ, ਤੁਹਾਡੇ ਸ਼ੌਂਕ ਜੀ? ਸਿੱਖ ਮਾਰਸ਼ਲ ਆਰਟ, ਗੱਤਕਾ। ਗੱਤਕਾ ਖੇਡਦੇ ਹੋ ਜੀ? ਬਹੁਤ ਵਧੀਆ ਜੀ, ਬਹੁਤ ਬਹੁਤ ਕਿਰਪਾ ਜੀ ਤੁਹਾਡੇ 'ਤੇ। ਸੱਟ ਲੱਗੀ ਜੀ ਕਦੇ ਗੱਤਕਾ ਖੇਡ? ਬਥੇਰੀਆਂ ਲੱਗੀਆਂ ਨੇ। ਓਕੇ ਜੀ ਓਕੇ, ਕਿੰਨੇ ਚਿਰ ਤੋਂ ਖੇਡ ਰਹੇ ਹੋ ਜੀ? ਮੈਨੂੰ ਉਮਰ ਮੇਰੀ ਹੋ ਗਈ 32 ਸਾਲ ਦੀ, ਅਤੇ ਮੈਂ ਕੋਈ ਤਕਰੀਬਨ 9 ਸਾਲ ਦੀ ਉਮਰ 'ਚ ਖੇਡਣਾ ਸ਼ੁਰੂ ਕੀਤਾ ਸੀ। 9 ਸਾਲ ਦੀ ਉਮਰ 'ਚ ਗੱਤਕਾ ਖੇਡਣਾ ਸ਼ੁਰੂ ਕੀਤਾ ਸੀ ਸਰ? ਗੀਤ ਗਾਉਣ ਦਾ ਵੀ ਸ਼ੌਂਕ ਹੈ ਜੀ? ਗੀਤ ਆਵਾਜ਼ ਆਪਣੀ ਗੀਤ ਜੋਗੀ ਹੈ ਤਾਂ ਨਹੀਂ, ਬਾਕੀ ਬੋਲੀ ਸੁਣਾ ਸਕਦੇ ਹਾਂ। ਬੋਲੀ ਪਾ ਲਓ। ਪਹਿਲਾਂ ਨਾਮ ਹਰੀ ਦਾ ਲਈਏ, ਜਿੰਨੇ ਜੱਗ ਬਣਾਇਆ, ਉਹ ਭਾਂਤ ਭਾਂਤ ਦੇ ਫੁੱਲ ਲਗਾ ਕੇ, ਉਹ ਭਾਂਤ ਭਾਂਤ ਦੇ ਫੁੱਲ ਲਗਾ ਕੇ ਸੋਹਣਾ ਬਾਗ ਰਚਾਇਆ, ਉਹ ਕਦੇ ਕਿਸੇ ਦੀ ਕਹੀ ਨਾ ਕਰਦਾ, ਉਹ ਕਦੇ ਕਿਸੇ ਦੀ ਕਹੀ ਨਾ ਕਰਦਾ, ਕਰਦਾ ਜੋ ਚਿੱਤ ਆਇਆ, ਭੰਗੜਾ ਪਾਉ ਮੁੰਡਿਓ, ਫਿਰ ਸਤਿਗੁਰ ਦੀ ਛਾਇਆ, ਭੰਗੜਾ ਪਾਉ ਮੁੰਡਿਓ, ਫਿਰ ਸਤਿਗੁਰ ਦੀ ਛਾਇਆ, ਭੰਗੜਾ ਪਾਉ ਮੁੰਡਿਓ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਟੀਚਰ ਦੇ ਨਾਲ ਗੱਲਬਾਤ ਕੀਤੀ ਜੀ, ਡਾਇਰੈਕਟਰ ਸਰ ਦੇ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਿਆ ਜੀ ਗੱਲਾਂ ਬਾਤਾਂ ਕਰਕੇ। ਜਾਣ ਤੋਂ ਪਹਿਲਾਂ ਇੱਕ ਗਰੁੱਪ ਡਾਂਸ ਘੈਂਟ ਜਿਹਾ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ, ਸੋ ਕੁੜੀਆਂ ਦਾ ਗਰੁੱਪ ਡਾਂਸ। ਹਾਂਜੀ ਪੂਰੀਆਂ ਰੌਣਕਾਂ ਲੱਗੀਆਂ ਜੀ ਗਲੈਕਸੀ ਗਲੋਬਲ ਇੰਸਟੀਚਿਊਟ ਅੰਬਾਲੇ ਦੇ ਵਿੱਚ। ਸੋ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀਪ ਵਾਚਿੰਗ, ਕੀਪ ਸਪੋਰਟਿੰਗ ਕੰਟੀਨਿਊ ਮੰਡੀਰ। ਰਵਨੀਤ ਵਾਲਾ ਬਾਏ ਬਾਏ ਜੀ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਸ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।